हाँ जी ਬਾਪਿਆਂ ਦੇ ਬੈਠੇ ਆ ਅਸੀਂ ਨੂਰਮਹਿਲ ਵਾਲਾ ਕੰਮ ਨਹੀਂ ਕਰਕੇਰਾ ਜੀ ਮਿਹਰਬਾਨੀ ਚਾਹੀਦੀ ਹੈ ਸਾਰੀ ਚੀਜ਼ਾਂ ਦਾ ਪ੍ਰਸ਼ਾਦ ਪਾ ਕੇ ਅੰਦਰ ਸਰਵਰ ਹੈ ਜੀ ਸਹੀ ਮੇਰਾ ਤੁਰੀ ਸ਼ਰੀਫ
ਸੰਸਾਰੇ ਆਤਮ ਦੇਖਣਾ ਰੇ ਜੇ ਸਹੀ ਵੀ ਸਾਡਾ ਸਮਰੀ ਤੇਰੇ ਲਾ ਲੱਗਿਆ ਦੀ ਉੱਠਣ ਮਾਵੇ ਜੇ ਸਹੀ ਜਦਰਾ ਬਖਤਰ ਮਾਜ ਦਾ ਸਾਡਾ ਦਬਿਆ ਦਾ ਵੀਰਾ ਟੁੱਬਿਓ ਵੇਲੇ ਤਾਰ ਦਾ ਜੇ ਸਹੀ ਜੈ ਮੁਸ਼ਕਲੇ ਖੁਸ਼ਹਾਲੀ ਸ਼੍ਰੀ ਖੁਦਾ ਖਾਲੀ ਦੀ ਪਹਿਲਵਾਨ ਬਾਬਾ ਭੈਰੋ ਜੱਤੀ ਭੈਰੋ ਸ਼੍ਰੀਆ ਮਹਾਂਵੀਰ ਬਦਰੰਗ ਬਲੀ ਸਰਕਾਰ ਬਾਬਾ ਸਿੱਧ ਬਲੀ ਰਹਿਮ ਕਰੀ ਫਜ਼ਲ ਕਰੀ ਹਾਜ਼ਰ ਨਾਲ ਵੀ ਕਰਮ ਅਜਿਹੀ ਜੀ ਸੱਚੀ ਸਰਕਾਰ ਜੈ ਬਾਬਾ ਗੰਗਸਰ ਵਾਲੀ ਸਰਕਾਰ ਬਾਬਾ ਜੀ ਰਹਿਮ ਕਰੀ ਫਿਰ ਪਿਓ ਬਾਬਾ ਭਾਸਰੀ ਬਾਬਾ ਸਿੱਧ ਬਾਬਾ ਸਾਈ ਲੋਕ ਰਹਿਮ ਕਰੀ ਫਿਰ ਪਿਓ ਸਿੱਧੂ ਨਾਥੋ ਰਹਿਮ ਕਰੀ ਫਿਰ ਪਿਓ ਮੇਜ ਨਗਰ ਫੜੀ ਤੋਂ ਮਾਰ ਜਾਂਦੀ ਜੀ ਅਜੇ ਸੁਖ ਜਾ ਸਕਰੋ ਪੀਰੋ ਬਜ਼ੁਰਗੋ ਕਾਲਿਆਂ ਪੀਲਿਆਂ ਭਗਵਿਆਂ ਹਰਿਆ ਵਾਲਿਆਂ ਦੇ ਹਾਜ਼ਰ ਨਾਲ ਬਾਬਾ ਜੀ ਕਰਮ ਅਜਿਹੀ ਗਰੀ ਛਕੰਡੀ ਵਾਲਿਆ ਬਾਰਵੀਂ ਵਾਲਿਆ ਨੌਵੀਂ ਵਾਲਿਆ ਦਸਵੇਂ ਬਾਬਾ ਜੀ ਹਰ ਪੀਰ ਬਾਬਾ ਸ਼ਹਿਧਾਰੀ ਸਰਕਾਰ ਦਾਤਾ ਜੀ ਰਹਿਮ ਕਰੋ ਰਤਨ ਹਾਜੀ ਦੇ ਮੀਰ ਬਾਬਾ ਜੀ ਰਹਿਮ ਸ਼੍ਰੀ ਗੁਰੂ ਕਰਮ ਦੀ ਲੱਖ ਦਾਦਾ ਪੀਰ ਲਾਲਾਂ ਵਾਲੀ ਸਰਕਾਰ ਫਕਰੋ ਪੀਰੋ ਬਜ਼ੁਰਗੋ ਬੜਿਓ ਬਡੇਰਿਓ ਛੇਰਿਓ ਸਿੰਘੋ ਸਹੀਦੋ ਮਰੀਦੋ ਰਹਿਮ ਕਰਿਓ ਹਾਜ਼ਰ ਨਾਲ ਬਾਬਾ ਜੀ ਲੱਖ ਦਾਦਾ ਪੀਰ ਲਾਲਾਂ ਵਾਲੀ ਸਰਕਾਰ ਹਰ ਸਾਲ ਦੀ ਤਰ੍ਹਾਂ ਪੀਰ ਜੀ ਤੁਹਾਡੇ ਚਿਰਾਗ ਰੋਸ਼ਨ ਕੀਤੇ ਜਾਂਦੇ ਬਾਬਾ ਜੀ ਨਿਸ਼ਾਨ ਚੜ੍ਹਾਏ ਜਾਂਦੇ ਆ ਬਾਬਾ ਜੀ ਨਜ਼ਰ ਨਿਆਦਾਂ ਦਿੱਤੀਆਂ ਜਾਂਦੀਆਂ ਦਾਤਾ ਜੀ ਛਿੰਝ ਦਾ ਟੋਕਰਾ ਕੱਢਿਆ ਜਾਂਦਾ ਬਾਬਾ ਜੀ ਤੁਹਾਡੀ ਛਿੰਝ ਕਢਾਈ ਜਾਂਦੀ ਕੁਸ਼ਤੀਆਂ ਕਰਾਈਆਂ ਜਾਂਦੀਆਂ ਬਾਬਾ ਜੀ ਕਬੂਲ ਕਰਿਓ ਮਨਜ਼ੂਰ ਕਰਿਓ ਬਾਬਾ ਜੀ ਨਾ ਬਾਲ ਬੱਚੇ ਰੋਜ਼ੀਆ ਜੰਤਰ ਨੂੰ ਦੁੱਧ ਪੁੱਤ ਨੂੰ ਦੇਸ ਵਿਦੇਸ ਵੱਲੋਂ ਦੇ ਕਾਇਆਂ ਨੂੰ ਕੰਮਕਾਰਾਂ ਨੂੰ ਮਾਲ ਜਾਨ ਨੂੰ ਬਾਬਾ ਜੀ ਨਗਰ ਖੇੜੇ ਵੱਲੋਂ ਐ ਦਾਤਾ ਜੀ ਦੇਸ ਪ੍ਰਦੇਸ ਵੱਲੋਂ ਪੀਰ ਸਾਹਿਬ ਤੁਹਾਡੇ ਨਾਮ 'ਤੇ ਹਰ ਸਾਲ ਦੀ ਤਰ੍ਹਾਂ ਪੀਰ ਜੀ ਸਮੂਹ ਸੰਗਤਾਂ ਵੱਲੋਂ ਬਾਬਾ ਜੀ ਤੁਹਾਡੀ ਨਗਰੀ ਦੇ ਵਿੱਚੋਂ ਬਾਬਾ ਜੀ ਤੁਹਾਡੇ ਦਰਬਾਰ ਨੂੰ ਸਰਕਾਰ ਇਹ ਛਿੰਝ ਦਾ ਟੋਕਰਾ ਕੱਢਿਆ ਜਾਂਦਾ ਕਬੂਲ ਕਰਨਾ ਮਨਜ਼ੂਰ ਕਰਨਾ ਲਾਗਤਾਂ ਮਾਫ਼ ਕਰਨੀਆਂ ਆਈ ਬੁਲਾ ਇਕੱਠੇ ਕਰਨਾ ਦਵਾਏ ਚਪਾਏ 'ਤੇ ਭੇਜੇ ਭਜਾਏ 'ਤੇ ਬੰਨੇ ਬਣਾਏ 'ਤੇ ਛੱਜੇ ਛਡਾਏ 'ਤੇ ਕੀਤੇ ਕਿਰਾਏ 'ਤੇ ਜਾਦੂ ਮੰਤਰ 'ਤੇ ਭਾਉ ਖੰਡੇ 'ਤੇ ਮੋਹਣੀ ਮਸਾਣੀ ਜਿੰਨ ਭੂਤ ਪ੍ਰੇਤ ਦੇਵਤਾ ਦਾ ਨਾਸ਼ ਕਰਨਾ ਦੇਸ ਪ੍ਰਦੇਸ ਸਹਾਇਤਾ ਕਰਨੀ ਵਿਗੜੇ ਕਾਰਜ ਸ਼ੁੱਧ ਕਰਨੇ ਰੁਕਿਓ ਕਾਰਜ ਬਾਬਾ ਜੀ ਅੱਗੇ ਚਲਾਉਣੇ ਹੱਥਾਂ ਜੁੜਿਆਂ ਦੀ ਫਰਿਆਦ ਦੰਦਾਂ ਬਿਲਕਿਆਂ ਦੀ ਫਰਿਆਦ ਸਾਧ ਸੰਗਤ ਦੀ ਫਰਿਆਦ ਨਗਰ ਖੇੜੇ ਦੀ ਫਰਿਆਦ ਬਾਲ ਬੱਚੇ ਦੀ ਫਰਿਆਦ ਜੀਵ ਜੰਤੂ ਦੀ ਫਰਿਆਦ ਪਸ਼ੂ ਪੰਛੀ ਦੀ ਫਰਿਆਦ ਗਊ ਗਰੀਬ ਦੀ ਫਰਿਆਦ ਦੇਹ ਕਾਇਆਂ ਦੀ ਫਰਿਆਦ ਕੰਮਕਾਰ ਦੀ ਫਰਿਆਦ ਮਾਲ ਜਾਨ ਦੀ ਫਰਿਆਦ ਸਾਡੀ ਫਰਿਆਦ ਤੁਹਾਡੇ ਅੱਗੇ ਤੁਹਾਡੀ ਤੁਰਦਰਗਾਹ ਦੇ ਕੁੱਲ ਆਲਮ ਦਾ ਭਲਾ ਕਰਿਓ ਗਊ ਗਰੀਬ ਦਾ ਭਲਾ ਕਰਿਓ ਬੈਰੀ ਦਸੂ ਦਾ ਭਲਾ ਕਰਿਓ ਸਰਕਾਰ ਜਿਹੜਾ ਸਵੇਰ ਨੂੰ ਉੱਠ ਕੇ ਦਾਤਾ ਜੀ ਪੰਜ ਛਿੱਤਰ ਵੀ ਮਾਰਦਾ ਉਹਦਾ ਵੀ ਭਲਾ ਕਰਿਓ ਕਿਸੇ ਪੈਰਾਂ ਪਿੱਛੇ ਸਾਡਾ ਅੱਜ ਦਾ ਗਰੀਬਾਂ ਦਾ ਕੁੱਤਿਆਂ ਦਾ ਭਲਾ ਕਰਿਓ ਰਹਿਮ ਕਰਿਓ ਸਰਕਾਰ ਤੁਹਾਡੇ ਦਰ ਦੇ ਕੁੱਤੇ ਹਾਂ ਤੁਹਾਡੇ ਦਰ ਦੇ ਦਰਵੇਸ਼ ਹਾਂ ਤੁਹਾਡੀਆਂ ਸੰਗਤਾਂ ਦੇ ਜੋੜੇ ਹਾਂ ਗਲੀਆਂ ਦਾ ਰੂੜਾ ਕੂੜਾ ਆ ਬਾਬਾ ਜੀ ਤੁਹਾਡੀ ਨਗਰੀ ਦੇ ਵਿੱਚ ਪੀਰ ਸਾਹਿਬ ਸਲਾਨਾ ਜੋੜ ਮੇਲਾ ਕਰਾਇਆ ਜਾਂਦਾ ਛਿੰਝ ਮੇਲਾ ਕਰਾਇਆ ਜਾਂਦਾ ਬਾਬਾ ਜੀ ਢੋਲ ਨਗਾਰੇ ਵਜਾਏ ਜਾਂਦੇ ਆ ਨਗਰ ਖੇੜੇ ਦੇ ਵਿੱਚ ਜਿੱਥੇ ਜਿੱਥੇ ਤੱਕ ਤੁਹਾਡੇ ਨਾਮ 'ਤੇ ਦਾਤਾ ਜੀ ਢੋਲ ਨਗਾਰੇ ਦੀ ਦਾਤਾ ਜੀ ਨੌਬਤ ਦੀ ਆਵਾਜ਼ ਆਵੇ ਉੱਥੋਂ ਤੋਂ ਸੌ ਸੌ ਕੋਹ ਦੂਰ ਪੀਰ ਸਾਹਿਬ ਬਲਾ ਹੋ ਜਾਵੇ ਮਿਹਰ ਕਰੀ ਰਹਿਮ ਕਰੀ ਨਗਰ ਖੇੜੇ 'ਤੇ ਮਾਲ ਜਾਂਦੇ ਜੀ ਆ ਸੁੱਖ ਦੇ ਭੜਾਰੇ ਭਰੂ ਰੱਖੀ ਚਾਟੀ ਹਰੀ ਕੋਠੀ ਭਰੀ ਰਿਜਕ ਪਾਣੀ ਦਾ ਵਾਧਾ ਕਰੀ ਦੁੱਧ ਵਾਲੀ ਦੁੱਧ ਪੁੱਤ ਵਾਲੀ ਪੁੱਤ ਮਾਇਆ ਵਾਲੀ ਮਾਇਆ ਮਾਨ ਵਾਲੀ ਮਾਨ ਜਹਾਜ਼ ਵਾਲੀ ਜਹਾਜ਼ ਬਖਸ਼ੀ ਕਰ ਮਨਵਾਜੀ ਕਰੀ ਸਰਕਾਰ ਤੈਨੂੰ ਸੇ ਲਿਆ ਦਾਨੀ ਜੱਟੀ ਨੇ ਛੇੜ ਕੇ ਕੱਕੀ ਆ ਪੀ ਜੀ ਹੋ ਕੇ ਬੇੜਾ ਬੰਦਾ ਲਾਲਾਂ ਵਾਲੀ ਸਰਕਾਰ ਬਾਬਾ ਜੀ ਨੂੰ ਬੱਚਿਆਂ ਨੂੰ ਅਰਦਾਸ ਹੈ ਨਾਮ ਕੀ ਲਾਜ ਨਾਮ ਕੀ ਫੇ ਜੋ ਮਨੋਕਾਮਨਾ ਨਾਲ ਬਾਬਾ ਜੀ ਤੁਹਾਡੇ ਨਾਮ 'ਤੇ ਅਰਦਾਸ ਕਰੀ ਬੱਚਿਆਂ ਨੂੰ ਕਬੂਲ ਕਰੇ ਮਨਜ਼ੂਰ ਕਰੇ ਇਹਨਾਂ ਬੱਚਿਆਂ ਦੀਆਂ ਆਸਾਂ ਮਰਾਦਾਂ ਜਿਹੜੀਆਂ ਉਹ ਬਖਸ਼ ਵੀ ਜ਼ਰੂਰ ਕਰੋ ਵੀਰ ਸਾਹਿਬ ਸਾਡੀ ਵੀ ਲੱਗਿਆ ਸ਼ਰਮਾ ਰੱਖਿਓ ਦੁਆਏ ਫਕੀਰਾਂ ਰਹਿਮਤ ਸਾਡੀ ਫਿਰਿਆ ਤੁਹਾਡੇ ਅੱਗੇ ਤੁਹਾਡੀ ਤੁਰਦਰਗਾਹ ਅੱਗੇ ਬਾਬਾ ਜੀ ਆਓ ਅਖਾੜੇ ਦੇ ਵਿੱਚ ਚੱਲਣਾ ਹਾਜ਼ਰ ਨਾਲ ਹੋ ਕੇ ਬਾਬਾ ਜੀ ਅਖਾੜੇ ਦੇ ਵਿੱਚ ਬਰਾਜਮਾਨ ਹੋਣਾ ਛਿੰਝ ਮੇਲੇ ਦੀ ਨਗਰ ਖੇੜੇ ਦੀ ਲੱਗਿਆ ਸ਼ਰਮਾ ਰੱਖਣਾ ਬੇੜੇ ਨੂੰ Thank you.
ਧਰਤੀ ਮਾਂ ਦੀ ਗੋਦ ਵਿੱਚ ਸਾਰੀ ਦੁਨੀਆ ਖੇਡਦੀ ਆਈ ਹੈ ਕਿ ਧਰਤੀ ਮਾਂ ਦਾ ਸਭ ਤੋਂ ਵੱਡਾ ਆਸਰਾ ਹੈ। ਇਸ ਕਰਕੇ ਆਓ ਪਹਿਲਾਂ ਸਜਦਾ ਕਰਾਂਗੇ ਇਸ ਪਿੜ ਨੂੰ, ਇਸ ਸੁਹਾਵੀ ਧਰਤ ਨੂੰ ਮੱਥਾ ਟੇਕਾਂਗੇ, ਉਸ ਤੋਂ ਬਾਅਦ ਫਿਰ ਛਿੰਝ ਸ਼ੁਰੂ ਹੋਵੇਗੀ। 13ਵਾਂ ਸਲਾਨਾ ਦੰਗਲ, ਸਲਾਨਾ ਛਿੰਝ ਮੇਲਾ ਪਿੰਡ ਕੰਦੋਲਾ ਕਲਾਂ ਦਾ। ਲੱਖਦਾਤਾ ਵੈਲਫੇਅਰ ਐਂਡ ਛਿੰਝ ਕਮੇਟੀ ਰਜਿਸਟਰਡ ਕੰਦੋਲਾ ਕਲਾਂ ਦੇ ਵੱਲੋਂ ਬਹੁਤ ਵੱਡਾ ਉਪਰਾਲਾ, ਉਹਨਾਂ ਨਾਲ ਜੋੜਨ ਲਈ ਜਿਹੜੀ ਮਿਹਨਤ ਕਰਨੀ ਉਹਨਾਂ ਨੂੰ ਜੋੜਨ ਦਾ ਉਪਰਾਲਾ ਕਰਨਾ। ਔਰ ਇਸ ਨਗਰ ਦੇ ਸਾਰੇ ਸੂਝਵਾਨ ਸੱਜਣ ਸਾਂਝਾਂ ਨਾਲ ਇਸ ਜਿਹੜੇ ਆਪਣੇ ਕਾਰਜ ਨੂੰ ਕਰਦੇ ਨੇ, ਕਿਉਂਕਿ ਪਤਾ ਹੈ ਕਿ ਸਾਂਝਾਂ ਦੇ ਵਿੱਚ ਬਰਕਤ ਵਸੇ, ਸਾਂਝਾਂ ਦੇ ਵਿੱਚ ਖੇੜਾ, ਸਾਂਝਾਂ ਦੇ ਵਿੱਚ ਰੱਬ ਹੈ ਵਸਦਾ ਅਤੇ ਸਾਂਝਾ ਸਭ ਦਾ ਵੀ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਦੀ ਵਡਿਆਈ ਹੈ, ਗੁਰੂ ਦੀ ਉਪਮਾ ਹੈ। ਗੁਰੂ 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 ਕਰਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਬਲਿਹਾਰੀ ਗੁਰੂ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉੱਗ ਬੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਬਿਨਾਂ ਗਾਤਨੀ ਅਤੇ ਸ਼ਾਹ ਬਿਨਾਂ ਪਤਨੀ, ਅਤੇ ਸਾਡੀ ਇਸ ਰਵਾਇਤੀ ਪਰੰਪਰਾ ਦੇ ਵਿੱਚ ਜਦੋਂ ਆਪਾਂ ਕੁਸ਼ਤੀ ਕਲਾ ਨਾਲ ਜੁੜਦੇ ਹਾਂ, ਕੁਸ਼ਤੀ ਕਲਾ ਦੇ ਵਿੱਚ ਸਭ ਤੋਂ ਪਹਿਲਾਂ ਸੱਜਦਾ ਹੀ ਗੁਰੂ ਨੂੰ ਆ। ਇੱਥੇ ਗੁਰੂ ਚੇਲੇ ਦੀ ਪੁਰਾਣੀ ਪਰੰਪਰਾ ਨੂੰ ਅੱਗੇ ਤੋਰਿਆ ਗਿਆ। ਜਿਹਦਾ ਗੁਰੂ ਨਾ ਚੰਗਾ ਹੋਵੇ ਉਹ ਸ਼ਿਸ਼ ਵੀ ਵੱਡਾ ਨਹੀਂ ਹੋ ਸਕਦਾ। ਸੋ ਜਿੱਥੇ ਅੱਜ ਕੰਦੋਲਿਆਂ ਦੀ ਇਸ ਪਾਕ ਪਵਿੱਤਰ ਧਰਤੀ ਨੂੰ ਅਸੀਂ ਮੱਥਾ ਟੇਕਦੇ ਹਾਂ, ਨਮਨ ਕਰਦੇ ਹਾਂ, ਕਿਉਂਕਿ 13ਵਾਂ ਲੱਖਦਾਤਾ ਵੈਲਫੇਅਰ ਐਂਡ ਛਿੰਝ ਕਮੇਟੀ ਰਜਿਸਟਰਡ ਕੰਦੋਲਾ ਕਲਾਂ ਦੀ
ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਦੰਗਲ ਸਾਲਾਨਾ ਛਿੰਝ ਮੇਲਾ ਬੜੀ ਧੂਮਧਾਮ ਬੜੀ ਸ਼ਰਧਾ ਪਿਆਰ ਨਿਮਰਤਾ ਸਹਿਤ ਕਰਵਾਇਆ ਜਾ ਰਿਹਾ। ਔਰ ਇੱਕ ਵਾਰ ਫਿਰ ਤੋਂ ਮੈਂ ਸਾਡੇ ਸੰਤਾਂ ਮਹਾਂਪੁਰਸ਼ਾਂ ਨੂੰ ਯਾਦ ਕਰਾਂਗਾ, ਧੰਨ ਧੰਨ ਬਾਬਾ ਗਿਰਧਨ ਦਾਸ ਜੀ ਮਹਾਰਾਜ ਔਰ ਧੰਨ ਧੰਨ ਬਾਬਾ ਨੱਥਾ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਭਰੋਸਾਈ ਇਹ ਧਰਤੀ ਹੈ, ਜਿਨ੍ਹਾਂ ਦੀ ਤਪੋ ਭੂਮੀ ਹੈ। ਔਰ ਗੱਦੀਨਸ਼ੀਨ ਸ਼੍ਰੀਮਾਨ ਮਹੰਤ ਸਰੂਪ ਦਾਸ ਜੀ ਸੰਤ ਉੱਪਰ ਬੈਠੇ ਨੇ ਔਰ ਸਾਡੀ ਸਾਰੀ ਜਿਹੜੀ ਹੈ ਛਿੰਝ ਕਮੇਟੀ ਦੇ ਮੈਂਬਰ ਬੈਠੇ ਨੇ। ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹੋਇਆ ਛਿੰਝ ਕਮੇਟੀ ਨੂੰ ਵਧਾਈ ਦਿੰਦਾ ਹੋਇਆ ਬੇਨਤੀ ਕਰਦਾ, ਆਓ ਹੁਣ ਆਪਾਂ ਪਿੰਡ ਦੇ ਜਿਹੜੇ ਕਾਰਜ ਸ਼ੁਰੂ ਕਰੀਏ। ਸਾਡੇ ਕੋਲ ਬਹੁਤ ਸਾਰੇ ਉਸਤਾਦ ਮੱਲ ਪਹਿਲਵਾਨ, ਸ਼ੁਰੂ ਮੈਂ ਹਮੇਸ਼ਾ ਮਾਣੇ ਪਹਿਲਵਾਨ ਤੋਂ ਕਰਦਾ ਹੁੰਦਾ ਕਿਉਂਕਿ ਸਾਡੇ ਇਸ ਇਲਾਕੇ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸੀਨੀਅਰ ਪਹਿਲਵਾਨ ਮਾਣਾ ਪਹਿਲਵਾਨ ਜੀ ਨੇ। ਹਾਲਾਂਕਿ ਜੇ ਸਮਰਾਵਾਂ ਵਾਲੇ ਆਪਾਂ ਭਲਵਾਨ ਜੀ ਨੂੰ ਵੇਖੀਏ ਤਾਂ ਉਹ ਵੀ ਉਮਰ ਦੇ ਵਿੱਚ ਬਹੁਤ ਵੱਡੇ ਨੇ, ਤੋ ਉਹ ਵੀ ਸਾਡੇ ਕੋਲ ਆਏ ਹੋਏ ਹੈ ਜੀ। ਆਇਆਂ ਨੂੰ ਧੰਨਵਾਦ। ਇਹ ਨਗਰ ਸਾਡਾ ਆਪਣਾ ਨਗਰ ਹੈ ਔਰ ਆਪਣੇ ਘਰ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਕੋਈ ਓਪਰਾ ਘਰ ਨਹੀਂ, ਕੋਈ ਬਗਾਨਾ ਘਰ ਨਹੀਂ। ਹਾਂਜੀ ਮੱਖਾਂ ਜੀ, ਥੈਂਕ ਯੂ। ਸਭ ਤੋਂ ਪਹਿਲਾਂ ਜੀ ਆਪਾਂ ਮੁਨਸਿਪ ਬੁਲਾਵਾਂਗੇ, ਰੈਫਰੀ ਜਿਹਨਾਂ ਨੇ ਕਰਨੀ ਹੈ, ਟੇਕ ਕੇਅਰ ਕਰਨੀ ਹੈ, ਉਹ ਪਹਿਲਵਾਨਾਂ ਦੀ ਕੁਸ਼ਤੀ ਛਡਾਉਣੀ ਹੈ। ਸੋ ਸਾਡੇ ਕੋਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹੀ ਚਾਰ ਨਾਂ ਆਇਆ ਅਤੇ ਉਹ ਮੈਂ ਚਾਰੇ ਨਾਂ ਬੋਲਾਂਗਾ, ਪਰਮਜੀਤ ਬੱਗੋ, ਫੌਜੀ ਸਾਹਿਬ, ਸੋਨੂ ਅਤੇ ਸੋਖੀ। ਇਹਨਾਂ ਚੋਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਆਪਣੀ ਡਿਊਟੀ 'ਤੇ ਤੈਨਾਤ ਹੋ ਜਾਓ ਜੀ। ਪਰਮਜੀਤ ਬੱਗੋ ਜੀ, ਫੌਜੀ ਸਾਹਿਬ, ਸੋਨੂ ਅਤੇ ਸੋਖੀ ਜੀ, ਇਹ ਚਾਰੇ ਬੰਦੇ ਆਪੋ ਆਪਣੀਆਂ ਡਿਊਟੀਆਂ 'ਤੇ ਤੈਨਾਤ ਹੋ ਜਾਓ। ਇਹਨਾਂ ਦੇ ਵਿੱਚੋਂ ਇੱਦਾਂ ਵੀ ਜੇ ਤਿੰਨ ਕੁਸ਼ਤੀਆਂ ਕਰਾਉਣੀਆਂ ਤਾਂ ਇੱਕ ਬੰਦਾ ਦਮ ਮਾਰ ਸਕਦਾ, ਸਾਹ ਲੈ ਸਕਦਾ, ਫਿਰ ਜਿਹੜਾ ਵਿੱਚ ਥੱਕ ਜਾਵੇਗਾ ਉਹਦੀ ਜਗ੍ਹਾ 'ਤੇ ਉਹ ਆਪਣੀ ਡਿਊਟੀ ਨਿਭਾਵੇਗਾ। ਅਤੇ ਜਿਨ੍ਹਾਂ ਦੀਆਂ ਕੁਸ਼ਤੀ ਬਣਾਉਣ ਦੀਆਂ ਡਿਊਟੀਆਂ ਲੱਗੀਆਂ, ਕੁਸ਼ਤੀਆਂ ਜਿਹੜੀਆਂ ਕੱਢਣ ਦੀਆਂ, ਉਹ ਵੀ ਆਪਣੀ ਡਿਊਟੀ ਸ਼ੁਰੂ ਕਰ ਚੁੱਕੇ ਆ। ਜਦੋਂ ਹੀ ਪਰਚੀ ਮਿਲੇ ਪਰਚੀ ਲੈ ਕੇ ਪਹਿਲਾਂ ਮੇਰੇ ਕੋਲ ਆਓ ਔਰ ਉਦੋਂ ਬਾਅਦ ਤਿਆਰ ਹੋ ਕੇ ਕੁਸ਼ਤੀ ਲਈ ਲੰਗੋਟ ਪਹਿਨ ਕੇ ਮੇਰੇ ਕੋਲ ਜਦੋਂ ਪਰਚੀ ਲੈ ਕੇ ਆਓਗੇ, ਇੱਥੋਂ ਤੁਹਾਡਾ ਨਾਮ ਬੋਲਿਆ ਜਾਊਗਾ, ਫਿਰ ਤੁਸੀਂ ਅਖਾੜੇ ਜਾਣਾ, ਫਿਰ ਪਤਾ ਲੱਗਦਾ ਕਿ ਇਹਦੀ ਕੁਸ਼ਤੀ ਕਿਹਦੇ ਨਾਲ ਹੋ ਰਹੀ। ਮੱਖਣ ਜੀ, ਇੱਕ ਹੋਰ ਦਰਖਾਸਤ ਬੇਨਤੀ ਭਲਵਾਨਾਂ ਵਾਸਤੇ ਜਾਂ ਹੋਰ ਵੀ ਕੋਈ ਵੀ ਇਨਸਾਨ ਕਿਸੇ ਵੀ ਨੇ ਵੀ ਮੈਦਾਨ ਦੇ ਅਖਾੜੇ ਵਿੱਚ ਜਾ ਕੇ ਵੀਡੀਓ ਫਿਲਮ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਸੇ ਨੇ ਵੀ ਮੋਬਾਈਲ 'ਤੇ ਵੀਡੀਓ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਅਖਾੜੇ ਵਿੱਚ ਜਾ ਕੇ ਨਹੀਂ ਕਰਨੀ, ਬਾਹਰੋਂ ਜਿੱਦਾਂ ਮਰਜ਼ੀ ਬਣਾ ਜਾਓ। ਥੈਂਕ ਯੂ ਜੀ। ਅਤੇ ਰੈਫਰੀ ਜੋ ਵੀ ਫੈਸਲਾ ਦੇਵੇਗਾ ਉਹ ਫਾਈਨਲ ਅਤੇ ਅਟਲ ਹੋਵੇਗਾ, ਉਹਨੂੰ ਕੋਈ ਵੀ ਚੈਲੇਂਜ ਨਹੀਂ ਕੀਤਾ ਜਾ ਸਕਦਾ। ਇਸ ਲਈ ਰੈਫਰੀ ਬਿਲਕੁਲ ਸਾਰੇ ਪਰਪੱਕ ਨੇ, ਹਰ ਸਾਲ ਕਰਵਾਉਂਦੇ ਆ, ਉਹ ਕਿਹੜੇ ਪਹਿਲੀ ਵਾਰ ਕਰਵਾ ਰਹੇ, 13 ਸਾਲ ਹੋ ਗਏ ਸਾਨੂੰ। ਸਤਨਾਮ ਸਿੰਘ ਜੀ ਰੋਟੀ ਕਹਿੰਦੇ ਔਰ ਸੁੱਚਾ ਸਿੰਘ ਜੀ ਕੰਧੋਲਾ, ਦੋਨਾਂ ਪਰਿਵਾਰਾਂ ਵੱਲੋਂ ਇਸ ਇਨਾਮੀ ਰਾਸ਼ੀ ਦਾ ਭੁਗਤਾਨ ਕੀਤਾ ਜਾਣਾ ਹੈ ਜੀ। ਦੂਜੀ ਕੁਸ਼ਤੀ ਨਵਦੀਪ ਦਿੱਲੀ ਔਰ ਤੀਰਥ ਮਾਲਾ ਦੇ ਵਿਚਕਾਰ ਹੋਵੇਗੀ, ਇਸ ਦੀ ਇਨਾਮੀ ਰਾਸ਼ੀ 51,000 ਰੁਪਈਆ ਜੋ ਕਿ ਮੇਰੇ ਵੀਰ ਕੁਲਵੀਰ ਸਿੰਘ USA ਉਹਨੇ ਇਸ ਕੁਸ਼ਤੀ ਦੇ ਸਪੋਂਸਰ 51,000 ਰੁਪਈਆ ਉਹਨਾਂ ਵੱਲੋਂ ਦਿੱਤਾ ਜਾਏਗਾ। ਤੀਜੀ ਕੁਸ਼ਤੀ ਸਤਨਾਮ ਮਾਛੀਵਾੜਾ ਔਰ ਅੰਗਰੇਜ਼ ਡੂਮਛੜੀ, ਇਹਨਾਂ ਦੇ ਵਿਚਕਾਰ ਹੋਵੇਗੀ ਅਤੇ ਇਸ ਦੀ 31,000 ਇਨਾਮੀ ਰਾਸ਼ੀ ਸਵਰਗੀਯ ਸਰਦਾਰ ਗੁਰਮੇਲ ਸਿੰਘ ਚੀਮਾ ਅਤੇ ਉਹਨਾਂ ਦੇ ਭਤੀਜੇ ਸਤਨਾਮ ਸਿੰਘ ਬੂਟਾ ਸਿੰਘ ਚੀਮਾ ਉਹਨਾਂ ਵੱਲੋਂ ਦਿੱਤੀ ਜਾਏਗੀ। ਤਿੰਨੋਂ ਕੁਸ਼ਤੀਆਂ ਅਸੀਂ ਕੰਟੀਨਿਊਸਲੀ ਤੀਸਰੀ ਦੂਸਰੀ ਪਹਿਲੀ ਇਸ ਹਿਸਾਬ ਨਾਲ ਕਰਾਈਆਂ ਜਾਣਗੀਆਂ। ਹਾਂਜੀ ਲਓ ਜੀ ਬੋਲੀਏ ਜੀ। ਆਓ ਜੀ, ਅੱਜ ਦੀ ਪਹਿਲੀ ਕੁਸ਼ਤੀ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਨੂੰ ਬੇਨਤੀ ਆ, ਇੱਕ ਮਨ ਇੱਕ ਚਿੱਤ ਹੋ ਕੇ ਇੱਕ ਜਕਾਰਾ ਲਾਉਣਾ ਜੀ। ਆਪਾਂ ਸਾਰਿਆਂ ਨੂੰ ਬੇਨਤੀ ਆ, ਉਹ ਲੱਖ ਦਾ ਤਾਂ ਸਰਕਾਰ ਦਾ ਜਕਾਰਾ ਇੱਕ ਲਾਈਏ, ਜਕਾਰਾ ਲੱਖ ਦਾ ਤਾਂ ਸੱਚੀ ਸਰਕਾਰ ਦਾ, ਬੋਲ ਸਾਚੇ ਦਰਬਾਰ ਕੀ ਜੈ। ਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਪਹਿਲੀ ਕੁਸ਼ਤੀ ਲਵਲੀ ਅਤੇ ਜੰਗੀ ਦੇ ਦਰਮਿਆਨ। ਲਵਲੀ ਹੱਥ ਖੜਾ ਕਰੋ, ਇਹ ਜੀ ਲਵਲੀ ਬਾਅਦ 'ਚ ਪਰਚੀ ਮੇਰੇ ਕੋਲੋਂ ਲੈ ਲਿਓ ਅਤੇ ਜੰਗੀ ਹੱਥ ਖੜਾ ਕਰੋ ਜੀ, ਇਹ ਲਵਲੀ ਅਤੇ ਜੰਗੀ ਹੈ, ਮੈਨਸ਼ਨ ਕਰ ਦਿਆ ਕਰੋ ਵੀ ਕਿਹੜੇ ਅਖਾੜੇ ਨੂੰ ਬਿਲੋਂਗ ਕਰਦੇ ਆ, ਇਹ ਵੀ ਬਹੁਤ ਜ਼ਰੂਰੀ। ਹਾਂਜੀ, ਮੈਂ ਬੇਨਤੀ ਕਰਦਾ ਕਿ ਕੋਈ ਵੀ ਪਿੰਡਾਂ ਤੋਂ ਅਲੱਗ ਅਲੱਗ ਛਿੰਝ ਕਮੇਟੀ ਆਉਂਦੀ ਆ ਤਾਂ ਕਿਰਪਾ ਕਰਕੇ ਇੱਥੇ ਸਾਡੇ ਨਾਲ ਸੰਪਰਕ ਕਰਨ ਅਤੇ ਆ ਕੇ ਸੀਟਾਂ 'ਤੇ ਬਿਰਾਜਮਾਨ ਹੋਣ ਜੀ। ਕਿਸੇ ਵੀ ਪਿੰਡ ਤੋਂ ਨਗਰ ਤੋਂ ਕੋਈ ਵੀ ਛਿੰਝ ਕਮੇਟੀ ਆਉਂਦੀ ਆ ਅਤੇ ਆ ਕੇ ਸਨਮਾਨ ਸਾਹਿਬ ਇੱਥੇ ਸੀਟਾਂ ਗ੍ਰਹਿਣ ਕਰਨ ਜੀ। ਹਾਂਜੀ ਮੱਖਣ, ਢੋਲ ਵਾਲਿਆਂ ਨੂੰ ਬੇਨਤੀ ਆ ਜੀ, ਜਿਹੜੇ ਸਾਡੇ ਆਪਣੇ ਕੀਤੇ ਜਾਂ ਜਿਹੜੇ 3 ਦਿਨ ਤੋਂ ਪ੍ਰਕਰਮਾ ਕਰ ਰਹੇ ਪਿੰਡ ਦੀ, ਉਹਨਾਂ ਨੂੰ ਪਹਿਲ ਆ, ਬਾਕੀ ਆ ਜਿਹੜੇ ਅਣਸੱਦੇ ਆ ਇਹਨਾਂ ਨੂੰ ਸਾਨੂੰ ਕੋਈ ਪਹਿਲ ਨਹੀਂ ਹੈਗੀ।
ਇਹ ਆਪਣੀ ਮਰਜ਼ੀ ਨਾਲ ਆ ਕੇ ਕੰਮ ਇੱਦਾਂ ਨਹੀਂ ਹੋਣਾ ਹੈਗਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਆ ਕੇ ਤਾਂ ਢੋਲ ਜਦੋਂ ਮਰਜ਼ੀ ਵਜਾ ਲਓ। ਬੇਨਤੀ ਆ ਸਾਡੀ, ਹੱਥ ਜੋੜ ਕੇ ਪੇਟ ਚੋਂ ਬਾਹਰ ਆ ਜਾਓ ਬਈ। ਜੋ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਉੱਤੇ ਅਮਲ ਕਰੋ। ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਹੋ ਸਕਦਾ। ਸੋ ਆਪਣੀ ਮਰਜ਼ੀ ਨਾਲ ਢੋਲ ਨਹੀਂ ਵਜਾਉਣਾ, ਆਪਣੀ ਮਰਜ਼ੀ ਨਾਲ ਕੁਸ਼ਤੀ ਨਹੀਂ ਲੜਨੀ, ਆਪਣੀ ਮਰਜ਼ੀ ਨਾਲ ਕੋਈ ਈਵੈਂਟ ਜਿਹੜੀ ਪੇਸ਼ ਨਹੀਂ ਕਰਨੀ। ਫੇਰ ਨਾ ਕਿਉਂ ਤੁਹਾਨੂੰ ਦਿੱਤਾ ਨਹੀਂ ਕੁਝ ਵੀ ਗਿਆ ਇਸ ਕਰਕੇ। ਹਾਂਜੀ, ਆਹ ਕੁਸ਼ਤੀ ਸ਼ੁਰੂ ਕਰਾਓ ਜੀ। ਪਹਿਲਾਂ ਲਵਲੀ ਤੇ ਜੰਗੀ ਬੈਠ ਜਾਓ, ਸਟੇਜ ਦੇ ਅੱਗੇ ਖਾਣਾ ਨੇਗਾ ਜੀ। ਪਹਿਲੀ ਕੁਸ਼ਤੀ ਲਈ ਮੈਂ ਚਾਹਾਂਗਾ ਕਿ ਪ੍ਰਬੰਧਕ ਕਮੇਟੀ ਤੇ ਬਾਬਾ ਜੀ ਨੂੰ ਲੈ ਕੇ ਆਓ। ਆਪ ਸ਼ੁਰੂ ਕਰਾਓ ਪਹਿਲੀ ਕੁਸ਼ਤੀ। ਬੱਚਿਆਂ ਨੂੰ ਆਸ਼ੀਰਵਾਦ ਦਿਓ, ਪਿੜ ਨੂੰ ਸਜਦਾ ਹੋ ਜਾਂਦਾ ਤੇ ਨਾਲ ਆਓ ਸਾਰੀ ਸਾਡੀ ਸ਼ਿੰਝ ਕਮੇਟੀ ਕੰਧੋਲਾ ਕਲਾਂ ਆਓ ਜੀ। ਜਦੋਂ ਮੈਂ ਸ਼ਿੰਝ ਕਮੇਟੀ ਕਵਾਂ ਫਿਰ ਸਾਰੀ ਸ਼ਿੰਝ ਕਮੇਟੀ ਆ ਜਾ ਕਰੋ, ਕਿਉਂਕਿ ਜੇ ਮੈਂ ਇਕੱਲਾ ਇਕੱਲਾ ਨਾਂ ਲਵਾਂ ਤੇ ਫਿਰ ਉਹ ਇੱਕ ਹੀ ਨਾਂ ਨੇ ਤੇ ਦੇਖ ਲਓ ਕਿੰਨੇ ਮਿੰਟ ਲੱਗਿਆ ਕਰਨੇ। ਇੱਕ ਵੀ ਨਾਂ ਮਿਸ ਹੋ ਗਿਆ ਤੇ ਮੱਖਣ ਦੀ ਜਾਨ ਤੇ ਬਣ ਜਾਣੀ ਫਿਰ ਮੇਰੇ ਲਈ ਸਾਰੇ, ਕਿਉਂਕਿ ਮੇਰੇ ਸਾਡੇ ਸਾਡੇ ਪ੍ਰਭੂ ਆ ਸਾਰੇ। ਤੇਰੀ ਜਾਨ ਤੇ ਨਹੀਂ ਬਣਦੀ, ਚਿੰਤਾ ਨਾ ਕਰ। ਗਰੇਵਾਲ ਸਾਹਿਬ ਆਪਣਾ ਘਰ ਹੈ ਔਰ ਬਹੁਤ ਬਹੁਤ ਧੰਨਵਾਦ, ਬਹੁਤ ਸਾਰਾ ਪਿਆਰ। ਅਜੇ ਕੰਮ ਸ਼ੁਰੂ ਨਹੀਂ ਹੋਇਆ, ਸੁੱਖ ਨਾਲ ਮੇਰੀ ਇੱਕ ਜੇਬ ਭਰ ਗਈ ਹੈ। ਸ਼੍ਰੀ ਧਰਮਪਾਲ ਜੀ ਪਾਲਾ ਸਾਹਿਬ ਉਹਨਾਂ ਨੇ, ਫੌਜੀ ਸਾਹਿਬ ਹੁਣੇ ਸ਼੍ਰੀ ਬਲਵੀਰ ਸਿੰਘ ਜੀ ਫੌਜੀ ਸਾਹਿਬ ਉਹਨਾਂ ਨੇ ਪਿਆਰ ਭੇਜਿਆ, ਪਾਲਾ ਜੀ ਨੇ ਪਿਆਰ ਭੇਜਿਆ, ਗਰੇਵਾਲ ਸਾਹਿਬ ਉਹਨਾਂ ਨੇ ਪਿਆਰ ਭੇਜਿਆ, ਤੀਰਥ ਭਾਜੀ ਨੇ ਪਿਆਰ ਭੇਜਿਆ, ਤੀਰ ਸਿੰਘ ਜੀ ਕੰਧੋਲਾ, ਸਰਦਾਰ ਸਤਨਾਮ ਸਿੰਘ ਜੀ ਕੰਧੋਲਾ ਸਾਹਿਬ ਉਹਨਾਂ ਨੇ ਬਹੁਤ ਸਾਰਾ ਆਸ਼ੀਰਵਾਦ ਭੇਜਿਆ। ਸੋ ਇਹ ਪਿੰਡ ਆਪਣਾ, ਸਰਦਾਰ ਸੁੱਚਾ ਸਿੰਘ ਜੀ ਕੰਧੋਲਾ ਔਰ ਸਾਰੇ ਖੜ੍ਹੇ ਨੇ ਇਸ ਵਕਤ। ਪ੍ਰਧਾਨ ਜੀ, ਸੋ ਉਹ ਵੀ ਬਾਬਾ ਨੱਥਾ ਸਿੰਘ ਸ਼ਹੀਦ ਉਸ ਦਰਬਾਰ 'ਤੇ ਸੇਵਾ ਕਰਦੇ ਪ੍ਰਧਾਨ ਜੀ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਸਾਰੇ ਹਰਜਿੰਦਰ ਜੀ ਸਾਰੇ ਤਨਦੇਹੀ ਦੇ ਨਾਲ ਜੁੜ ਜਾਂਦੇ, ਜਿਹੜਾ ਕੰਮ ਇਕੱਠੇ ਹੋ ਕੇ ਕਰਦੇ ਆ। ਤੋ ਕੰਮ ਉਹੀ ਹੈ ਜਿਹੜਾ ਇਕੱਠੇ ਹੋ ਕੇ ਕੀਤਾ ਜਾਵੇ। ਸੋ ਇਸ ਪਿੰਡ ਦੇ ਵਿੱਚ ਮਾਲਕ ਦੀ ਬੜੀ ਬਖਸ਼ਿਸ਼ ਹੈ, ਜਿੰਨੇ ਵੀ ਕਾਰਜ ਧਾਰਮਿਕ ਹੁੰਦੇ ਆ ਸਾਰਾ ਪਿੰਡ ਇਕਜੁੱਟ ਹੋ ਕੇ ਕਰਦਾ ਬਹੁਤ ਵਧੀਆ ਤਰੀਕੇ ਨਾਲ। ਲਓ ਜੀ, ਅਗਲੀ ਜਿਹੜੀ ਮੇਰੇ ਕੋਲ ਕੁਸ਼ਤੀ ਪਹੁੰਚੀ ਹੈ ਉਹ ਹੈ ਸਿਆਫਤ ਅਲੀ। ਸਿਆਫਤ ਅਲੀ, ਸਿਆਫਤ ਅਲੀ ਹੱਥ ਖੜਾ ਕਰੋ। ਆਹ ਕੁਸ਼ਤੀ ਪੈਸੇ ਦੇ ਆਹ ਵੀ ਖੋਲੋ। ਸੋ ਪ੍ਰਧਾਨ ਜੀ ਉਹਨਾਂ ਨੇ, ਸਰਦਾਰ ਸੁੱਚਾ ਸਿੰਘ ਜੀ ਕੰਧੋਲਾ ਉਹਨਾਂ ਨੇ ਮਾਣ ਭੇਜਿਆ, ਬਹੁਤ ਬਹੁਤ ਧੰਨਵਾਦ। ਆਓ ਜੀ, ਅਗਲੀ ਕੁਸ਼ਤੀ ਜਿਹੜੀ ਆਲਮ ਸ਼ਾਹ ਕੋਟ ਤੇ ਜਿੰਦਾ ਗਾਂਦਰਾ, ਇਹ ਤਿੰਨੇ ਹੀ ਆ ਮੇਰੇ ਕੋਲ ਕਾਰਡ। ਬਾਕੀ ਪੈਰਵਾਰ ਬਹਿ ਜਾਓ, ਆ ਕੇ ਬਾਕੀ ਬਹਿ ਜਾਓ, ਅੱਜ ਬੈਠੋ। ਤਿੰਨ ਕੁਸ਼ਤੀਆਂ ਬਾਕੀ ਬੈਠੋ। ਆਹ ਬੱਚਿਆਂ ਨੂੰ ਬੇਨਤੀ ਆ ਬਈ ਇਹਨਾਂ ਨੂੰ ਮੇਰੇ ਤੋਂ ਥੋੜ੍ਹਾ ਜਿਹਾ ਅੱਗੇ ਪਿੱਛੇ ਕਰ ਦਿਓ, ਕੰਮ ਤਾਂ ਕਰਿਆ ਹੈ ਆਪਣਾ, ਅਜੇ ਘੁਲਣਾ ਉਹ ਇੰਨੀਆਂ ਤਾਂ ਟੋਟਲ ਨਹੀਂ ਕੁਸ਼ਤੀਆਂ ਅਸੀਂ ਕਰਾਉਣੀਆਂ ਜਿੰਨੇ ਤੁਸੀਂ ਆਏ ਹੈ, 80-85 ਜਾਣੇ ਦੇ ਖੜੇ ਇੱਥੇ ਬਈ। ਇਹਨਾਂ ਨੂੰ ਵਿੱਚ ਵਿੱਚ ਇੱਥੇ ਜਾ ਕੇ ਇੱਕ ਬੰਦਾ ਕਰਵਾ ਦਿਓ ਇਹਨਾਂ ਦੀਆਂ ਕੁਸ਼ਤੀਆਂ। ਬੱਚਿਆਂ ਦਾ ਵੀ ਇੱਕ ਚਾਅ ਹੁੰਦਾ, ਖੁਸ਼ੀ ਹੁੰਦੀ ਹੈ, ਹੱਸਣ ਖੇਡਣ ਮਨ ਕਾ ਚਾਓ। ਤੋ ਇਹ ਬੱਚੇ ਸਿਰਫ ਚਾਅ ਨਾਲ ਸ਼ੁਰੂ ਕਰਦੇ ਅਤੇ ਕੰਮ ਵੀ ਜਿਹੜਾ ਸ਼ਿੰਝਾਂ ਕਰਾਉਣ ਦਾ ਮਕਸਦ ਜਿਹੜਾ ਉਹ ਵੀ ਇਹੀ ਹੁੰਦਾ ਹੈ ਕਿ ਆਪਾਂ ਬੱਚਿਆਂ ਨੂੰ ਜਾਗ ਲਾਈਏ। ਜਾਗ ਲੱਗਣਾ ਬਹੁਤ ਜ਼ਰੂਰੀ ਹੈ, ਜਿੰਨੀ ਦੇਰ ਤੱਕ ਜਾਗ ਨਹੀਂ ਲੱਗਦਾ ਦੁੱਧ ਨਹੀਂ ਜੰਮਦਾ, ਅਤੇ ਨਵੀਂ ਜਿਹੜੀ ਪਿਰਤ ਕਿਵੇਂ ਪਾ ਕੇ ਜਾਵਾਂਗੇ। ਇਹ ਪਿਰਤ ਤਾਂ ਪਊਗੀ ਜੇ ਬੱਚਿਆਂ 'ਚ ਜਾਗ ਲੱਗੇਗਾ। ਤੋ ਬਹੁਤ ਬਹੁਤ ਧੰਨਵਾਦ। ਮਾਲਵਾ ਟੀ ਵੀ ਵਾਲੇ ਸਾਡੇ ਕੋਲ ਚੈਨਲ 'ਤੇ ਆਏ ਆ, ਜਿਹੜਿਆਂ ਦਾ ਯੂਟਿਊਬ 'ਤੇ ਔਰ ਵੱਖ ਵੱਖ ਗੂਗਲ 'ਚ ਜਾ ਕੇ ਮਾਲਵਾ ਟੀ ਵੀ ਭਰੋ ਅਤੇ ਸਭ ਕੁਝ ਇਹਨਾਂ ਦਾ ਓਪਨ ਹੋ ਜਾਂਦਾ। ਤੋ ਲਾਈਵ ਚੱਲ ਰਿਹਾ, ਸਿੱਧਮਾ ਵੇਟ ਤੋਂ ਆਏ ਨੇ ਗੁਰਮੀਤ ਭਾਜੀ ਉਸ ਪਿੰਡ ਦੇ ਨੇ, ਖਾੜਾ ਚਲਾਉਂਦੇ ਗੁਰਦੀਪ ਜੀ ਬੇਰਾਂ ਵਾਲੇ ਆਏ ਬੈਠੇ ਆ। ਸੋ ਬਹੁਤ ਬਹੁਤ ਧੰਨਵਾਦ ਕਰਦਾ ਉਸੇ ਨਗਰ ਤੋਂ ਮਾਲਵਾ ਟੀ ਵੀ ਵਾਲੇ ਆਏ। ਆਓ ਜੀ ਬੈਠ ਕੇ ਜਰਾ ਸ਼ਿੰਝ ਦਾ ਲਓ ਆਨੰਦ। ਸ਼ਿੰਝ ਸ਼ੁਰੂ ਹੋ ਚੁੱਕੀ ਹੈ, ਪਿੜ ਨੂੰ ਨਮਨ ਕੀਤਾ, ਸਜਦਾ ਕੀਤਾ। ਸਜਦਾ ਇਸ ਕਰਕੇ ਕਰਦੇ ਹਾਂ ਕਿਉਂਕਿ ਮਿੱਟੀ ਦੀ ਬਹੁਤ ਵੱਡੀ ਵਡਿਆਈ ਹੈ। ਗੁਰੂ ਸਾਹਿਬਾਂ ਨੇ ਜਗ੍ਹਾ ਜਗ੍ਹਾ ਇਸ ਮਿੱਟੀ ਦੀ ਜਿਹੜੀ ਹੈ ਵਡਿਆਈ ਕੀਤੀ ਹੈ ਬਾਣੀ ਦੇ ਵਿੱਚ। ਇਹ ਧਰਤੀ ਮਾਂ ਹੈ, ਇਹਨੂੰ ਆਪਾਂ ਮਾਂ ਕਹਿੰਦੇ। ਅਤੇ ਆਓ, ਜਿਵੇਂ ਪੰਜਾਬ ਦੀਆਂ ਦੋ ਮਾਂ ਖੇਡਾਂ ਨੇ, ਇੱਕ ਮਾਂ ਖੇਡ ਕੁਸ਼ਤੀ ਹੈ ਬਈ। ਥੋੜ੍ਹਾ ਜਿਹਾ ਦੂਰ ਦੂਰ ਕਢਾਓ ਯਾਰ, ਇਹਨਾਂ ਨੂੰ ਥੋੜ੍ਹਾ ਦੂਰ ਐਡਾ ਪੈੜਿਆ ਆਪਣੇ ਕੋਲ। ਇੱਕ ਉੱਧਰਲੇ ਕੋਰਨਰ 'ਤੇ ਲੈ ਜਾਓ, ਦੋ ਕੁ ਨੂੰ ਇੱਥੇ ਕੁ ਲੈ ਆਓ, ਇੱਕ ਦੂਜੇ ਦੇ ਵਿੱਚ ਨਾ ਵੱਜੋ, ਪਿਆਰ ਨਾਲ ਕੁਸ਼ਤੀ ਲੜੋ, ਠੀਕ ਹੈ ਜੀ। ਜਿਹੜਾ ਥੱਲੇ ਘੁਲਦਾ ਉਹ ਆਪਣੀ ਮਸਤੀ 'ਚ ਲੱਗਾ, ਉਹਦੇ ਉੱਪਰ ਦੂਜਾ ਡਿੱਪ ਪਵੇ, ਉਹਦੇ ਲਈ ਉਹ ਪ੍ਰਪੇਅਰ ਨਹੀਂ ਹੁੰਦਾ ਵੀ ਉੱਪਰੋਂ ਕਿਸ ਢੰਗ ਨਾਲ ਡਿੱਗਣਾ। ਇਸ ਲਈ ਥੋੜ੍ਹਾ ਇਹਨਾਂ ਨੂੰ ਖੁੱਲ੍ਹਾ ਖੁੱਲ੍ਹਾ ਜਿਹਾ ਕਰ ਦਿਓ। ਵਾਹ ਜੀ ਵਾਹ, ਬੱਗੋ ਜੀ ਕਰੋ ਜਰਾ ਇਹ ਕੰਮ ਤੁਸੀਂ। ਆ ਜਾਓ ਜੀ, ਧਮਾਲੀ ਜੀ ਆ ਜਾਓ। ਸ਼ਾਬਾਸ਼, ਬਹੁਤ ਵਧੀਆ। ਅੱਜ ਦਾ ਇਹ ਕੁਸ਼ਤੀ ਦੰਗਲ, ਸਾਡੀਆਂ ਜਿਹੜੀਆਂ ਛਿੰਝਾਂ, ਜਿਹੜੀਆਂ ਵੱਡੀਆਂ ਛਿੰਝਾਂ ਹੁੰਦੀਆਂ ਇਲਾਕੇ ਦੀਆਂ। ਮੈਂ ਹਰਜਿੰਦਰ ਭਾਅ ਜੀ,
ਜਿੰਨੀਆਂ ਵੀ ਵੱਡੀਆਂ ਕੁਸ਼ਤੀਆਂ ਆਪਣੇ ਇਲਾਕੇ ਦੀਆਂ ਹੁੰਦੀਆਂ, ਜਿਹੜੀ ਇਹ ਆ ਜਿਹੜੀ ਸ਼ਿੰਝ ਆ ਕੰਦੋਲਾ ਕਲਾਂ ਦੀ, ਇਹ ਪਹਿਲੀ ਖਿੱਚ ਦਾ ਕੇਂਦਰ ਹੁੰਦੀ ਹੈ। ਇੱਥੋਂ ਹੀ ਜਿਹੜੇ ਭਲਵਾਨ ਚੋਣ ਹੁੰਦੇ ਆ, ਇੱਥੋਂ ਹੀ ਐਂਕਰ ਚੋਣ ਹੁੰਦੇ ਆ, ਸਭ ਕੁਝ ਇੱਥੇ ਸਾਈਆਂ ਵਧਾਈਆਂ ਅੱਜ ਹੋਣੀਆਂ। ਸੋ ਸਾਰੇ ਪਿੰਡਾਂ ਦੀਆਂ ਛਿੰਝ ਕਮੇਟੀਆਂ, ਮੈਨੂੰ ਪਹਿਲਾਂ ਹੀ ਫੋਨ ਆ ਗਿਆ 10-12 ਕਮੇਟੀਆਂ ਦੇ, ਉਹਨਾਂ ਨੇ ਪਹੁੰਚਣਾ, ਉਹਨਾਂ ਲਈ ਵੀ ਜਗ੍ਹਾ ਆਪਾਂ ਬਣਾ ਕੇ ਰੱਖਣੀ, ਉਹਨਾਂ ਦਾ ਵੀ ਸਵਾਗਤ ਆਪਾਂ ਕਰਾਂਗੇ। ਆਓ ਵੇਖੋ ਜਿਹੜਾ ਛਿੰਝ ਦਾ ਨਜ਼ਾਰਾ, ਪਹਿਲੀਆਂ 3 ਕੁਸ਼ਤੀਆਂ ਤੋਂ ਬਾਅਦ ਚੌਥੇ ਨੰਬਰ ਦੀ ਜਿਹੜੀ ਮੇਰੇ ਕੋਲ ਪਰਚੀ ਆਈ ਹੈ, ਸੁਨੀਲ ਫਿਰੋਜ਼ਪੁਰ ਅਤੇ ਅਜੇ ਪਿੱਛੇ ਮੈਨਸ਼ਨ ਜ਼ਰੂਰ ਕਰਿਆ ਕਰੋ ਵੀ ਅਖਾੜਾ ਕਿਹੜਾ ਜਾਂ ਪਿੰਡ ਕਿਹੜਾ, ਉਹਦੇ ਨਾਲ ਥੋੜ੍ਹਾ ਪਤਾ ਲੱਗ ਜਾਂਦਾ ਵੀ ਇਹ ਬਿਲੋਂਗ ਟੂ ਇਹ ਅਖਾੜਾ, ਇਹ ਅਖਾੜਾ ਇਹ ਵੀ ਸੀ ਜੋ ਵੀ ਹੈ। ਸੋ ਦੱਸਣਾ ਬਹੁਤ ਜ਼ਰੂਰੀ ਹੈ। ਸੋ ਸਾਡੇ ਕੋਲ ਕ੍ਰਿਸ਼ਨ ਜੀ ਚੇਚੇ ਤੌਰ 'ਤੇ ਧਲੇਤੇ ਅਖਾੜੇ ਤੋਂ ਨੂੰ ਚਲਾਉਂਦੇ ਨੇ, ਉਹਦੇ ਸੰਚਾਲਕ ਹੈ, ਉਹ ਵੀ ਸਾਡੇ ਕੋਲ ਆਏ ਹੈ, ਅਤੇ ਨਵਦੀਪ ਪਹਿਲਵਾਨ ਜੀ ਜਿਹੜੇ ਦਿੱਲੀ ਵਾਲੇ ਅੱਜ ਇੱਥੇ ਚੇਚੇ ਤੌਰ 'ਤੇ ਪੁੱਜ ਰਹੇ ਆ, ਉਹਨਾਂ ਦੇ ਨਾਲ ਆਏ ਨੇ। ਸੋ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਆਓ ਜੀ, ਆ ਜਿਹੜੀਆਂ ਪਰਚੀਆਂ ਨੇ ਉਹ ਆ ਜਾਓ ਜੀ, ਆ ਜਾਓ। ਪਹਿਲਾਂ ਹੋ ਗਿਆ ਜੀ ਫੈਸਲਾ? ਹਾਂਜੀ ਮੱਖਣ ਜੀ, ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਕਿ ਸਾਡੀ ਕਮੇਟੀ ਥੋੜ੍ਹੀ ਜਿਹੀ ਅਨੁਸ਼ਾਸਨ 'ਚ ਬਹਿ ਕੇ ਕੰਮ ਕਰਦੀ ਹੈ, ਇਸ ਕਰਕੇ ਲੱਗਦਾ ਵੀ ਥੋੜ੍ਹੇ ਜਿਹੇ ਸਖ਼ਤ ਸੁਭਾਅ ਦੇ ਆ। ਜਿੰਨਾ ਵੀ ਇਨਾਮ ਰਾਸ਼ੀ ਦਿੱਤੀ ਜਾਊਗੀ ਉਹ ਸਟੇਜ ਤੋਂ ਆ ਕੇ ਪ੍ਰਾਪਤ ਕਰਨੀ ਹੈ ਜੀ। ਕਿਸੇ ਵੀ ਪਹਿਲਵਾਨ ਨੇ ਸਟੇਜ 'ਤੇ ਚੜ੍ਹ ਕੇ ਪੈਸੇ ਨਹੀਂ ਮੰਗਣੇ, ਅਸੀਂ ਉਹਨਾਂ ਦੇ ਜਿੰਨੇ ਕੁ ਪੈਸੇ ਜ਼ਰੂਰਤ ਹੈਗੀ ਆ ਉਹ ਆਲਰੇਡੀ ਲਿਫਾਫਿਆਂ ਵਿੱਚ ਪਾਏ ਹੁੰਦੇ ਆ। ਕਿਸੇ ਵੀ ਪਹਿਲਵਾਨ ਨੇ ਸਟੇਜ 'ਤੇ ਚੜ੍ਹ ਕੇ ਪੈਸੇ ਨਹੀਂ ਮੰਗਣੇ, ਇਹ ਸਾਡੀ ਬੇਨਤੀ ਹੱਥ ਜੋੜ ਕੇ ਆ, ਪੈਸੇ ਤੁਹਾਨੂੰ ਲਿਫਾਫਿਆਂ ਵਿੱਚ ਹੀ ਦਿੱਤੇ ਜਾਣਗੇ, ਠੀਕ ਹੈ ਜੀ? ਹਾਂਜੀ ਮੱਖਣ। ਅੱਜ ਸੁਨੀਲ ਵਾਲੀ ਕੁਸ਼ਤੀ ਵੀ ਸਟਾਰਟ ਕਰ ਦਿਓ। ਵਾਹ ਵੀ ਵਾਹ, ਬਹੁਤ ਵਧੀਆ। ਦੇਖੋ ਹਲਕੇ ਜੋੜ ਨੇ ਪਰ ਫੁਰਤੀਲੇ ਬਹੁਤ ਨੇ, ਫੁਰਤੀਲੇ ਬਹੁਤ ਨੇ। ਨੋਟ ਕਰਿਓ, ਜਿੰਨਾ ਵੇਟ ਘੱਟ ਹੋਊਗਾ ਉਨੀ ਫੁਰਤੀ ਜ਼ਿਆਦਾ ਹੋਵੇਗੀ, ਔਰ ਇਹਦੇ ਵਿੱਚ ਚੁਸਤੀ ਫੁਰਤੀ ਦੇਖਣ ਵਾਲੀ ਹੈ। ਅੱਜ ਇੰਟਰਨੈਸ਼ਨਲ ਪੱਧਰ 'ਤੇ ਭਲਵਾਨ ਉਹ ਚਮਕ ਰਹੇ ਨੇ ਜਿਹੜੇ ਚੁਸਤ ਫੁਰਤ ਨੇ, ਜਿਹਨਾਂ ਦਾ ਵੇਟ ਘੱਟ ਹੈ, ਘੱਟ ਵੇਟ ਦੇ ਵਿੱਚ ਮੈਡਲ ਤਮਗੇ ਜਿੱਤਣ ਦੀ ਜਿਹੜੀ ਵੱਧ ਜਿਹੜੀ ਉਹ ਚਾਂਸ ਹੁੰਦੇ ਨੇ। ਵੱਧ ਜਿੰਨਾ ਵੇਟ ਵੱਧਦਾ ਜਾਂਦਾ ਕੰਪੀਟੀਸ਼ਨ ਟਫ ਹੁੰਦਾ ਜਾਂਦਾ, ਸਖ਼ਤ ਹੁੰਦਾ ਜਾਂਦਾ। ਆਓ ਜੀ, ਹਲਕੇ ਜੋੜ ਦੀਆਂ ਕੁਸ਼ਤੀਆਂ ਸਟਾਰਟਿੰਗ ਹੈ, ਜਿੱਦਾਂ ਕਹਿ ਲਓ ਵੀ ਸੀ ਕਲਾਸ ਤੋਂ ਕੁਸ਼ਤੀਆਂ ਸ਼ੁਰੂ ਹੁੰਦੀਆਂ, ਬੀ ਏ ਸਪੈਸ਼ਲ, ਅਤੇ ਫਿਰ ਉਸ ਤੋਂ ਬਾਅਦ ਝੰਡੀ ਦੀ ਕੁਸ਼ਤੀ। ਝੰਡੀ ਦੀਆਂ ਅੱਜ 3 ਕੁਸ਼ਤੀਆਂ ਬਹੁਤ ਵੱਡੇ ਲੈਵਲ ਦੀਆਂ ਇੱਥੇ ਹੋਣ ਜਾ ਰਹੀ ਹੈ, ਜਿੱਥੇ ਜੱਸਾ ਪੱਟੀ ਵਾਲਾ ਅੱਜ ਪੂਰੇ ਮੁਲਕ ਦੇ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ। ਸਭ ਤੋਂ ਵੱਧ ਲੋਕ ਜੱਸੇ ਪੱਟੀ ਵਾਲੇ ਨੂੰ ਵੇਖਣ ਜਾਂਦੇ। ਵਾਹ ਵੀ ਵਾਹ, ਇੱਧਰ ਬਹੁਤ ਸੋਹਣੀ ਕੁਸ਼ਤੀ। ਇੱਕ ਦਾ ਰਿਜ਼ਲਟ ਸਾਹਮਣੇ, ਜਿਹੜੇ ਜਿਹੜਾ ਵਾਈਟ ਲੰਗੋਟ ਦੇ ਵਿੱਚ ਚਿੱਟੇ ਰੰਗ ਦੇ ਲੰਗੋਟ ਦੇ ਵਿੱਚ ਜਿਹੜੀ ਕੁਸ਼ਤੀ ਲੜ ਰਹੀ ਸੀ ਉਹਦਾ ਨਿਤਾਰਾ ਹੋਇਆ ਜਾਂ ਨਹੀਂ ਅਜੇ? ਕੁਲਵੰਤ ਜੀ, ਕੁਲਵੰਤ ਪਹਿਲਵਾਨ ਨੂੰ ਬੇਨਤੀ ਹੈ। ਹਾਂ, ਇੱਦਾਂ ਨਹੀਂ, ਇਹ ਕੰਦੋਲਾ ਪਿੰਡ ਹੈ, ਭੁੱਲ ਕੇ ਬਿਨਾਂ ਵਿੱਚ ਆਇਓ, ਨੋਟ ਕਰਿਓ, ਮੈਂ ਹੀ ਤੁਹਾਨੂੰ ਦੱਸ ਦਿੰਦਾ। ਹੋਰ ਕਿਸੇ ਪਿੰਡ ਆ ਜਾਓ ਤਾਂ ਕੋਈ ਗੱਲ ਨਹੀਂ, ਇਹ ਕੰਦੋਲਾ ਪਿੰਡ ਹੈ, ਮਾਫ਼ ਨਹੀਂ ਕਰਦੇ। ਤੋ ਇਸ ਕਰਕੇ ਇੱਥੇ ਥੋੜ੍ਹਾ ਜਿਹਾ ਸਖ਼ਤ ਤੁਹਾਨੂੰ ਜ਼ਰੂਰ ਲੱਗਦੇ, ਪਰ ਅਨੁਸ਼ਾਸਨ ਉਨੀ ਦੇਰ ਤੱਕ ਖੇਡਾਂ ਨਹੀਂ ਹੋ ਸਕਦੀਆਂ ਜਿੰਨੀ ਦੇਰ ਤੱਕ ਅਨੁਸ਼ਾਸਨ ਨਾ ਹੋਵੇ। ਅਨੁਸ਼ਾਸਨ ਦਾ ਹੋਣਾ ਜ਼ਰੂਰੀ। ਲਵਪ੍ਰੀਤ ਉੱਪਲ ਅਤੇ ਕੁਲਪ੍ਰੀਤ, ਇਹਨਾਂ ਦੇ ਵਿਚਕਾਰ ਜਿਹੜੀ ਅਗਲੀ ਕੁਸ਼ਤੀ ਜਦੋਂ ਹੀ ਤੁਹਾਨੂੰ ਜਗ੍ਹਾ ਮਿਲੇ, ਜਿੰਨੀ ਦੇਰ ਤੱਕ ਰੈਫਰੀ ਇਜਾਜ਼ਤ ਨਹੀਂ ਦਿੰਦਾ ਬਿਲਕੁਲ ਵੀ ਕੁਸ਼ਤੀ ਸਟਾਰਟ ਨਹੀਂ ਕਰਨੀ। ਇਸ ਕਰਕੇ ਪਿਆਰ ਨਾਲ ਕੁਸ਼ਤੀ ਲੜਨੀ। ਹਾਂਜੀ, ਆ ਜੀ, ਕੋਈ ਵੀ ਭਲਵਾਨ ਜਿਹੜਾ ਵਿੱਚ ਬੜਿਆ ਨਾ ਉਹਨੂੰ ਫਿਰਨਾ ਕਿ ਉਹ ਅਖਾੜਾ ਹੀ ਕੈਂਸਲ ਕਰ ਦਿੱਤਾ ਜਾਣਾ। ਆ ਜੀ ਹਰਜਿੰਦਰ ਭਾਜੀ, ਮੈਂ ਧੰਨਵਾਦ ਕਰਦਾ ਮੇਰੇ ਵੀਰ ਹਰਜੀਤ ਸਿੰਘ ਜੀ ਪਿੰਡ ਗਾਂਢਵਾਂ ਤੋਂ, ਉਹ ਵੀ ਇੱਥੇ ਪਹੁੰਚੇ ਨੇ, ਅਸੀਂ ਜੀ ਆਇਆਂ ਕਹਿੰਦੇ ਹਾਂ, ਵੈਲਕਮ ਕਰਦੇ ਹਾਂ ਮੇਰੇ ਵੀਰ ਹਰੀ ਜੀ, ਹਰੀ ਸਿੰਘ ਜੀ ਪਿੰਡ ਗਾਂਢਵਾਂ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਵੱਖ ਵੱਖ ਪਿੰਡਾਂ ਤੋਂ ਬੜੇ ਨਾਮੀ ਸੱਜਣ ਨਾਮਵਰ ਲੋਕ ਇੱਥੇ ਅੱਜ ਪੁੱਜੜੇ ਹੈ। ਸੋ ਮੈਂ ਦੱਸਦਾ ਜਾ ਰਿਹਾ ਸੀ ਕਿ ਅੱਜ ਜੱਸਾ ਪੱਟੀ ਵਾਲਾ ਜਿਹੜਾ ਕਿ ਪੰਜਾਬ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਧੀਆ ਪਹਿਲਵਾਨ ਆ, ਉਹਦੀ ਅੱਜ ਕੁਸ਼ਤੀ ਜਿਹੜੀ ਹੈ ਵਿਣੀ ਆ ਜੰਮੂ ਦੇ ਨਾਲ, ਜਾਣੀ ਇੱਕ ਪਾਸੇ ਪੰਜਾਬ ਅਤੇ ਦੂਜੇ ਪਾਸੇ ਜੰਮੂ, ਉੱਤਰੀ ਭਾਰਤ ਦੇ ਦੋ ਸਟੇਟਾਂ ਦੇ ਵਧੀਆ ਮੱਲ ਆਪਸ ਵਿੱਚ ਆਹਮਣੋ ਸਾਹਮਣੀ ਹੋਣ ਵਾਲੇ ਨੇ। ਜਦੋਂ ਹੀ ਪਹੁੰਚਣਗੇ ਮੈਂ ਇੰਟਰੋਡਿਊਸ ਵੀ ਕਰਾਵਾਂਗਾ। ਉਸ ਤੋਂ ਪਹਿਲਾਂ ਆਓ ਜੀ, ਵਿਸ਼ਾਲ ਫਗਵਾੜਾ ਅਤੇ ਰਾਜਾ ਬਹਾਦਰਪੁਰ, ਇਹਨਾਂ ਦਾ ਜੋੜ ਬਣਿਆ, ਮੇਰੇ ਕੋਲ ਪਰਚੀ ਆਈ ਹੈ, ਮੱਲਾਂ ਨੂੰ ਬੇਨਤੀ ਕਰਦਾ ਪਰਚੀ ਲੈ ਕੇ ਜਾਇਓ। ਵਿਸ਼ਾਲ ਮਾੜਾ ਜਿਹਾ ਹੱਥ ਖੜਾ ਕਰ ਦਿਓ ਵਿੱਚ ਵੜ ਕੇ, ਵਿਸ਼ਾਲ ਫਗਵਾੜਾ ਅਤੇ ਰਾਜਾ ਬਹਾਦਰਪੁਰ। ਜਦੋਂ ਹੀ ਇਹ ਕੁਸ਼ਤੀ ਸ਼ੁਰੂ ਹੋਈ ਤਾਂ ਇਹਨੂੰ ਤੁਸੀਂ ਤੱਕੋਗੇ, ਬਹੁਤ ਵਧੀਆ ਸ਼ਾਨਦਾਰ ਕੁਸ਼ਤੀ ਹੋਣੀ ਹੈ ਵਿਸ਼ਾਲ ਹੋਣਾ ਵਾਲੀ। ਔਰ ਹਲਕੇ ਜੋੜਾਂ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਵਧੀਆ ਇਹ ਖਿਡਾਰੀ ਨੇ, ਬਹੁਤ ਵਧੀਆ ਇਹ ਮੱਲ ਨੇ, ਬਹੁਤ ਵਧੀਆ ਪਹਿਲਵਾਨ ਨੇ, ਰਾਜਾ ਬੇਰਾ ਅਤੇ ਸੋਨਾ ਫਗਵਾੜਾ। ਬਹਿ ਜਾਓ ਯਾਰ, ਖੜ੍ਹੇ ਨਾ ਹੋਵੋ, ਬਹਿ ਕੇ ਜਰਾ ਉੱਧਰ ਦੇਖੋ। ਹਾਂਜੀ, ਮੰਚ 'ਤੇ ਜਿਹੜੇ ਬੈਠੇ ਉਹਨਾਂ ਨੂੰ ਫਿਰ ਸਵਾਦ ਨਹੀਂ ਆਉਂਦਾ ਦੇਖਣ ਦਾ। ਰਾਮ ਲੋਹਾ 1036 ਟਰੱਕ ਨੰਬਰ 1036 ਦੇ ਮਾਲਕ ਆ, ਇੱਥੇ ਆ ਕੇ ਹਾਜ਼ਰ ਹੋਣ। ਰਾਮ ਲੋਹਾ ਜੀ,
PAT 1036 ਰਾਜਾ ਵੇਰਾ ਤੇ ਸੋਨਾ ਫਗਵਾੜਾ ਇਹ ਪਰਚੀ ਮੇਰੇ ਕੋਲ ਆ ਜਦੋਂ ਵਿੱਚ ਮੌਕਾ ਮਿਲੇਗਾ ਉਦੋਂ ਇਹ ਕੁਸ਼ਤੀ ਸਟਾਰਟ ਹੋਵੇਗੀ ਆਜੋ ਜੀ ਬੱਬੀ ਪਹਿਲਵਾਨ ਜੀ ਆਜੋ ਘੱਟ ਤੋਂ ਘੱਟ ਤਿੰਨ ਕੁਸ਼ਤੀਆਂ ਜਿਹੜੀਆਂ ਆਪਾਂ ਰੈਗੂਲਰ ਚੱਲਦੀਆਂ ਰੱਖਣੀਆਂ ਤਿੰਨ ਤੋਂ ਨਹੀਂ ਘਟਣੀਆਂ ਚਾਹੀਦੀਆਂ ਕਿਉਂਕਿ ਥੋੜ੍ਹਾ ਜਿਹਾ ਕੁਦਰਤ ਨੇ ਮਿਹਰਬਾਨੀ ਕੀਤੀ ਹੈ ਧੁੱਪਾਂ 'ਚ ਬੜਾ ਸੇਕ ਜਿਹਾ ਸੀਗਾ ਪਰ ਹੁਣ ਇੱਕ ਬੱਦਲੀ ਜੀ ਆ ਕੇ ਥੋੜ੍ਹਾ ਜਿਹਾ ਢੱਕ ਲਿਆ ਪਰ ਇੱਥੇ ਹੀ ਰਹੇ ਤਾਂ ਵਧੀਆ ਇੱਥੇ ਕੀ ਰਹੇ ਛਾਂ ਜੀ ਹੋਈ ਰਹੇ ਅਤੇ ਉਨਾ ਕੁ ਉਹ ਤਾਂ ਤਿੱਖੀ ਧੁੱਪ ਭਲਵਾਨਾਂ ਨੂੰ ਹੋਰ ਤਿੱਖੇ ਕਰਦੀ ਹੈ ਇਹ ਵੀ ਗੱਲ ਸਿਆਣੇ ਕਹਿੰਦੇ ਆ ਤਾਂ ਇਸ ਲਈ ਸ਼ਾਬਾਸ਼ ਕੁਸ਼ਤੀਆਂ ਬਹੁਤ ਵਧੀਆ ਹੋਣਗੀਆਂ ਦਿਨ ਵੀ ਠੰਡਾ ਹੋ ਗਿਆ ਬਾਬੇ ਵਾਹ ਜੀ ਵਾਹ ਬਿਲਕੁਲ ਬਿਲਕੁਲ ਦਿਨ ਠੰਡਾ ਹੋ ਗਿਆ ਅਤੇ ਭਲਵਾਨ ਆਪਾਂ ਗਰਮ ਕਰਨੇ ਆ ਭਲਵਾਨ ਗਰਮ ਕਰਨੇ ਪੂਰੀ ਤਰ੍ਹਾਂ ਪੂਰੀ ਗਰਮ ਜੋਸ਼ੀ ਦੇ ਨਾਲ ਕੁਸ਼ਤੀਆਂ ਦੇ ਵਿੱਚ ਸਾਰਿਆਂ ਨੇ ਪੂਰਾ ਤਰਥਲ ਮਚਾਉਣਾ ਕੁਸ਼ਤੀ ਅੱਜ ਜਿਹੜੀ ਤੁਹਾਡੀ ਇੱਥੇ ਵੇਖੀ ਜਾਣੀ ਹੈ ਉਹਨੇ ਤੁਹਾਡੀਆਂ ਅਗਲੀਆਂ ਕੁਸ਼ਤੀਆਂ ਨੂੰ ਭਲਵਾਨ ਜੀ ਬਹਿ ਜਾਓ ਇੱਥੇ ਪਿੱਛੇ ਅਗਲੀਆਂ ਕੁਸ਼ਤੀਆਂ ਬੰਨਣ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕਰਨਾ ਇਸ ਲਈ ਜਿਹੜਾ ਅੱਜ ਵਧੀਆ ਘੁਲੂਗਾ ਇੱਥੇ ਹੀ ਸੱਭਾ ਪਹਿਲੀ ਵਾਰ ਘੁਲਿਆ ਸੀ ਸੱਭਾ ਅੰਮ੍ਰਿਤਸਰੀਆ ਸਾਬਾ ਕੋਹਾਲੀ ਬਿਲਕੁਲ ਜਦੋਂ ਸਾਬਾ ਇੱਥੇ ਪਹਿਲੀ ਵਾਰ ਘੁਲ ਕੇ ਗਿਆ ਉਹ ਤੋਂ ਬਾਅਦ ਉਹਦੀਆਂ ਹਜ਼ਾਰਾਂ ਕੁਸ਼ਤੀਆਂ ਬੱਝੀਆਂ ਤੋ ਇਸ ਕਰਕੇ ਇਹ ਜਿਹੜਾ ਪਿੜ ਹੈ ਇਸ ਇਲਾਕੇ ਦਾ ਪਹਿਲਾ ਵੱਡਾ ਮਹਾਨ ਪਿੜ ਹੈ ਇੱਥੋਂ ਹੀ ਅੱਜ ਕੁਸ਼ਤੀਆਂ ਜਿਹੜੀਆਂ ਸ਼ੁਰੂ ਹੋਣੀਆਂ ਤੋ ਰਾਜਾ ਬੇਰਾ ਅਤੇ ਸੋਨਾ ਫਗਵਾੜਾ ਇਹਨਾਂ ਤੋਂ ਬਾਅਦ ਅਗਲੀ ਪਰਚੀ ਹੈ ਬੱਬੂ ਸਿਦਮਾ ਬੇਟ ਅਤੇ ਆਕਾਸ਼ ਕੰਦੋਲਾ ਕੰਦੋਲਿਆਂ ਦੀ ਵੀ ਐਂਟਰੀ ਪੈਣ ਲੱਗੀ ਆ ਬਈ ਕੰਦੋਲਿਆਂ ਵਾਲੇ ਹੋ ਜਾਓ ਜ਼ਰਾ ਤਿਆਰ ਵਰ ਤਿਆਰ ਤੁਹਾਡੇ ਪਿੰਡ ਦਾ ਵੀ ਜਵਾਕ ਤੁਹਾਡੇ ਪਿੰਡ ਦਾ ਮੁੰਡਾ ਕੁਸ਼ਤੀ ਲੜ ਕੇ ਵਿਖਾਵੇਗਾ ਮੱਲ ਪਹਿਲਵਾਨ ਸੋ ਇਹਦਾ ਵੱਡਾ ਮਾਣ ਕਰਾਂਗੇ ਤੋ ਜਦੋਂ ਕੁਸ਼ਤੀ ਸ਼ੁਰੂ ਹੋਵੇਗੀ ਮੈਂ ਜ਼ਰੂਰ ਇੰਟਰੋਡਿਊਸ ਕਰਾਵਾਂਗਾ ਆਓ ਜੀ ਬੱਬੂ ਅੱਛਾ ਰਾਜਾ ਬੇਰਾ ਅਤੇ ਸੋਨਾ ਫਗਵਾੜਾ ਕਰੋ ਸ਼ੁਰੂ ਰਾਜਾ ਬੇਰਾ ਸੋਨਾ ਫਗਵਾੜਾ ਆ ਸਾਹਮਣੇ ਜਾ ਰਿਹਾ ਰਾਜਾ ਬੇਰਾ ਹੱਥ ਖੜਾ ਕਰੋ ਆਓ ਦੀ ਸੋਨਾ ਬਈ ਆ ਸੋਨਾ ਅਤੇ ਰਾਜਾ ਦੋਵੇਂ ਮੱਲ ਬਹੁਤ ਵਧੀਆ ਉੱਭਰ ਰਹੇ ਪਹਿਲਵਾਨ ਉੱਭਰ ਰਹੀਆਂ ਜਵਾਨੀਆਂ ਮੁੱਛ ਪੁੱਟ ਚੋਬਰ ਕਰਦੇ ਹੋਏ ਨਵੀਂ ਨਵੀਂ ਤਿਆਰੀ ਅਤੇ ਨਵਾਂ ਨਵਾਂ ਚਸਕਾ ਜਦੋਂ ਵੀ ਕਿਸੇ ਖੇਡ ਦਾ ਲੱਗਦਾ ਹੌਲੀ ਹੌਲੀ ਬੰਦਾ ਉਹਦੇ ਵਿੱਚ ਮੁਹਾਰਤ ਹਾਸਲ ਕਰਦਾ ਸੋ ਨਵੇਂ ਨਵੇਂ ਇਹ ਗੱਭਰੂ ਇਸ ਲਾਈਨ 'ਚ ਵਾਹ ਵੀ ਵਾਹ ਉੱਧਰ ਪੁਆਤੀਆਂ ਬਾਜੀਆਂ ਪੁੱਠੀਆਂ ਬਾਜੀਆਂ ਪੁਆਤੀਆਂ ਬਈ ਬੱਲੇ ਬੱਲੇ ਕਰਾਤੀ ਤੋ ਅਗਲੀ ਜਿਹੜੀ ਹੈ ਪਰਚੀ ਸਾਡੇ ਕੋਲ ਉਹ ਹੈ ਬੱਬੂ ਸਿਦਮਾ ਬੇਟ ਅਤੇ ਆਕਾਸ਼ ਕੰਦੋਲਾ ਤਿਆਰੀ ਰੱਖੋ ਜਦੋਂ ਵਿੱਚ ਹਾਂ ਵੇਲ ਮਿਲ ਹੀ ਗਈ ਚਲੋ ਜੀ ਬੱਬੂ ਸਿਦਮਾ ਬੇਟ ਅਤੇ ਆਕਾਸ਼ ਕੰਦੋਲਾ ਆਕਾਸ਼ ਕੰਦੋਲਾ ਹੱਥ ਖੜਾ ਕਰੋ ਕੌਣ ਹੈ ਬਈ ਇਹ ਉਹ ਲੰਗੋਟ 'ਤੇ ਬਹਿ ਲੈਂਦਾ ਆਕਾਸ਼ ਕੰਦੋਲਾ ਅਤੇ ਬੱਬੂ ਸਿਦਮਾ ਬੇਟ ਇਹਨਾਂ ਦੇ ਵਿਚਕਾਰ ਥੋੜ੍ਹਾ ਬਚ ਕੇ ਖੇਡੀ ਜਿਵੇਂ ਕ੍ਰਿਕਟ ਦੇ ਵਿੱਚ ਗਾਰਡ ਪਾਉਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਵੀ ਲੰਗੋਟ ਪਹਿਨਣਾ ਬਹੁਤ ਜ਼ਰੂਰੀ ਹੈ ਸੱਟ ਪੇਟ ਦਾ ਖਤਰਾ ਹੁੰਦਾ ਬਹੁਤੇ ਲੋਕਾਂ ਨੂੰ ਗਾਰਡ ਦਾ ਨਹੀਂ ਪਤਾ ਹੋਣਾ ਪਰ ਗਾਰਡ ਦੀ ਬੜੀ ਮਹੱਤਤਾ ਹੈ ਬੋਲ ਆਉਂਦੀ ਗਾਰਡ ਹੀ ਬਚਾਉਂਦਾ ਤੋ ਇਸ ਕਰਕੇ ਲੰਗੋਟ ਵੀ ਉਹੀ ਪਾਰਟ ਅਦਾ ਕਰਦਾ ਸਰੀਰ ਨੂੰ ਤੁਹਾਡੇ ਸੁਰੱਖਿਅਤ ਰੱਖਦਾ ਲੰਗੋਟ ਅਤੇ ਰੋਟ ਆਦਿ ਕਾਲ ਤੋਂ ਸਾਡੇ ਨਾਲ ਚੱਲਦੇ ਆਏ ਹੈ ਲੰਗੋਟ ਨਿਸ਼ਾਨੀ ਗੁਰੂ ਹਨੂੰਮਾਨ ਦੀ ਹੈ ਇਸੇ ਕਰਕੇ ਲੰਗੋਟ ਪਹਿਨਣ ਤੋਂ ਪਹਿਲਾਂ ਭਲਵਾਨ ਉਹਨੂੰ ਆਪਣੇ ਮੱਥੇ ਨਾਲ ਲਾਉਂਦਾ ਉਹਨੂੰ ਚੁੰਮਦਾ ਉਹਨੂੰ ਮੱਥਾ ਟੇਕਦਾ ਕਾਰਨ ਕਿ ਇਹ ਸਾਡੇ ਗੁਰੂਆਂ ਪੀਰਾਂ ਬਲੀਆਂ ਦੀ ਨਿਸ਼ਾਨੀ ਹੈ ਇਸ ਕਰਕੇ ਅਤੇ ਇਸੇ ਤਰ੍ਹਾਂ ਰੋਟ ਅਸੀਂ ਵੰਡਦੇ ਹਾਂ ਲੱਖਦਾਤਾ ਸੱਚੀ ਸਰਕਾਰ ਦੀਆਂ ਦਰਗਾਹਾਂ 'ਤੇ ਰੋਟ ਵੰਡੇ ਜਾਂਦੇ ਆ ਔਰ ਗੁੱਗਾ ਜਾਹਰ ਪੀਰ ਸੱਚੀ ਸਰਕਾਰ ਦੀ ਦਰਗਾਹ 'ਤੇ ਰੋਟ ਵੰਡੇ ਜਾਂਦੇ ਆ ਤੋ ਇਹ ਵੀ ਸਾਡੇ ਮਹਾਂਪੁਰਸ਼ਾਂ ਸਾਡੇ ਪੀਰਾਂ ਫਕੀਰਾਂ ਦੇ ਨਾਂ 'ਤੇ ਦਿੱਤੇ ਜਾਂਦੇ ਤੋ ਇਸ ਕਰਕੇ ਇਹਨਾਂ ਦੀ ਆਪਾਂ ਲਾਜ ਵੀ ਰੱਖਣੀ ਹੈ ਤੋ ਇਹ ਕੈਪਰੀ ਪਾ ਕੇ ਕੋਸ਼ਿਸ਼ ਕਰ ਰਿਹਾ ਆਕਾਸ਼ ਪਰ ਵੇਖਦੇ ਆ ਵੀ ਆਕਾਸ਼ ਦੇ ਵਿੱਚ ਇਹ ਸਤਾਰਾ ਜਿਹੜਾ ਚਮਕਦਾ ਕਿੰਨੀ ਦੇਰ 'ਤੇ ਕਿੰਨਾ ਕੁ ਚਮਕਦਾ ਇਹ 'ਤੇ ਆਉਣ ਵਾਲਾ ਸਮਾਂ ਦੱਸੇਗਾ ਦੂਜੇ ਪਾਸੇ ਮੁੰਡਾ ਜ਼ਰੂਰ ਭਲਵਾਨ ਹੈ ਕਿਉਂਕਿ ਗੁਰਮੀਤ ਭਲਵਾਨ ਦੇ ਜਿਹੜੇ ਵੀ ਅਖਾੜੇ 'ਚੋਂ ਆਉਂਦੇ ਆ ਮੁੰਡੇ ਬੜੇ ਤਰਾਸ਼ੇ ਹੀਰੇ ਹੁੰਦੇ ਚੰਡੇ ਹੋਏ ਔਰ ਗੁਰਦੀਪ ਬੇਰਾ ਵੀ ਬੈਠੇ ਆ ਸਾਡੇ ਕੋਲ ਔਰ ਮਹਿੰਦਰ ਪਹਿਲਵਾਨ ਜੀ ਬੈਠੇ ਆ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕੁਲਵੰਤ ਪਹਿਲਵਾਨ ਜੀ ਬੈਠੇ ਆ ਔਰ ਸਾਰੇ ਮੱਲ ਜਿਹੜੇ ਦੂਰ ਤੱਕ ਆ ਜੇ ਨਜ਼ਰ ਮੈਨੂੰ ਜਾ ਨਹੀਂ ਰਹੀ ਪ੍ਰੋਪਰ ਅਤੇ ਜਦੋਂ ਵੀ ਮੇਰੀ ਨਜ਼ਰ ਉਹਨਾਂ 'ਤੇ ਪੈਂਦੀ ਇੱਧਰ ਹਾਂਜੀ ਪਹਿਲਾਂ ਕਿਹਾ ਸਟੇਜ 'ਤੇ ਜਾਣਾ ਮੇਰੇ ਵੀਰੇ ਇੱਧਰ ਆ ਜਾਓ ਤੇਰਵਾਂ ਸਲਾਨਾ ਛਿੰਝ ਮੇਲਾ ਪਿੰਡ ਕੰਦੋਲਾ ਕਲਾਂ ਦਾ ਬਿਲਕੁਲ ਆਪਣਾ ਇੱਕ ਨਵਾਂ ਇਤਿਹਾਸ ਅੱਜ ਦਰਜ ਕਰਾਉਣ ਲਈ ਬਰੂਹਾਂ 'ਤੇ ਖੜਾ ਤੇਰਵਾਂ ਸਲਾਨਾ ਦੰਗਲ ਕੰਦੋਲਾ ਕਲਾਂ ਦਾ ਹਰ ਸਾਲ ਇਸ ਪਿੰਡ ਦੇ ਵਿੱਚ ਬਹੁਤ ਵੱਡੇ ਕਮਾਲ ਹੁੰਦੇ ਨੇ ਬਹੁਤ ਵੱਡੀਆਂ ਕੁਸ਼ਤੀਆਂ ਹੁੰਦੀਆਂ ਨੇ ਬਹੁਤ ਵੱਡੇ ਮੱਲ ਆਉਂਦੇ ਨੇ ਇਸ ਸਾਲ ਵੀ ਬਿਲਕੁਲ ਤਰਜੀਹ ਉਹਨਾਂ ਮੱਲਾਂ ਨੂੰ ਦਿੱਤੀ ਗਈ ਜਿਹੜੇ ਤੁਹਾਡੀ ਪਹਿਲੀ ਪਸੰਦ ਨੇ ਜਿਨ੍ਹਾਂ ਨੂੰ ਤੁਸੀਂ ਘੁਲਣਾ ਵੇਖਣਾ ਚਾਹੁੰਦੇ ਹੋ ਬਹਿ ਜਾਓ ਜਰਾ ਬਹਿ ਜਾ ਕਰਾ ਦਿਓ ਮਨੀਸ਼ ਰੁੜਕਾ ਅਤੇ ਅਮੀਰ ਪਹਿਲਵਾਨ ਪਹਿਲਾਂ ਹੀ ਬਹੁਤ ਅਮੀਰ ਹੈ ਅਤੇ ਅੱਗੋਂ ਅਮੀਰ ਕੁਸ਼ਤੀ ਦਾ ਜਿਹੜਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ
मनीष रोड़का ते अमीर पहलवान हाथ खड़ा करो दोवां दे लगभग लाल रंग दे अपने काले रंग दे लंगोट पहने हुए है और एक कुश्ती बिल्कुल सामने स्टार्ट एक दा ब्लू है ब्लू कॉस्ट्यूम ते दूजे दा ब्लैक कॉस्ट्यूम है दोवें कुश्ती लड़दे हुए ढोल मैं पहला कहा सी वीरन थोड़ जा प्यार प्यार ना मजे मजे ना ढोल ढोल इदां बजाउणा वी पता लगे वी बजंतरी है जिहड़ा ढोल नूं बहुत कुटदा वह बजंतरी नहीं हुंदा वह तो कोई पुराना वैर कढ रहा हुंदा चम तों तो पुराने जमाने का वे तू मेरे ना इदां कीती सी मैं तेना इदां कर रहा तो इस करके पुराने वैर नहीं कढणे प्यार नाल बलवीर सिंह जी साडे डल्ले वाले भाजी आए है मैं उन्हां दा स्वागत करदा इन्हां दे ब्रदर डॉक्टर साहब कुछ दिन पहला विछोड़ा दे गया पर उन्होंने यादा साडे नाल ने आओ जी बहुत प्यारा दंगल चलता होया पिंड कंदोला कलां दा तो साडे बाई जी साडे लई मैसेज लैके आए है अजे दुध रहण दिंदे इत्थे रख दो कोई नहीं मैं पी लांगा क्योंकि जो कम चलता उहदे विचों आए हाए ये जेब चो डुल जाणा तो भरावा जेब चो डुल जाणा सो सामने बिल्कुल एक बैनर लगा होया जिते तुसीं पढ़ सकते हो कि पहलवान डेयरी फार्म वालियां दा बैनर लगा पहलवान डेयरी फार्म जिहड़े कि अज गिंदर लल्लियां पहलवान उन्हां दे ब्रदर ने वाजीवा तो साडे सरदार लाभ सिंह जी दा परिवार पिंड शेरपुर तो जिन्होंने पटका पिछले साल दिता सी बहुत सारा माण करके गए ने और बाई साडा बाहर बैठा एक एक हज़ार रुपया छिंज कमेटी नूं भी अज दे रहे हैं बहुत बहुत धन्यवाद बाहरले मुंडे दा नाम भुल गया मैं जसकरन जसकरन साडा मुंडा एक बाहर बैठा है और जिउंदा वसदा रहे और खेडां नाल जुड़िया लो जी अगली जिहड़ी कुश्ती है बॉबी जलंधर ते मन्नू बॉबी जलंधर ते मन्नू चलो करो शुरू लो जी कार्ड दिखाओ रैफरी नूं बॉबी ते मन्नू कुश्ती शुरू करो गगनदीप ते अली शाहकोट गगनदीप ते अली शाहकोट हाँ जी मखन जी हाँ जी मैं एक बेनती करना जिन्हां पहलवानां ने झंडी दीआं कुश्तियां ते लांडा उन्हां विचों जदों भी कोई पहलवान इत्थे खाड़े विच पहुंच जांदा ते साडे नाल जरूर संपर्क करांगे जी कमेटी नाल बिनिया जम्मू जस्सा पट्टी नवदीप दिल्ली तीर्थ माला और अंग्रेज जंडू सिंघा ते सतनाम मासी बड़ा छे पहलवान ने झंडी चुटी ए जदों भी आउंदे आ साडे नाल संपर्क करन जी करी हाँ जी साडे कोल जस्सा बेरा ते सतनाम रामेवाल भी पहुँच गए है बहुत वधिया मल सतनाम रामेवाल इन्हां दा डैडी भी बहुत वधिया कुश्ती लड़दा है जीता पहलवान अंगा कीड़ी वाला सो उन्हां दे लगते वाह भी वाह लगभग फैसला हाले मैनूं लगदा कि थोड़ी जी कसर फौजी साहब उन्हां दी पारखू नज़र दसदी है भी गल अजे 50-50 है अजे पूरा काम होया नहीं मोढे जिन्नी देर तक पूरे ना लगन स्वाद भी नहीं आउंदा उन्नी देर तक कहण दा भी भाई ये जित गया जां नहीं जित्तिया बहुत सोहणियां कुश्तियां वाह भी वाह ये मल मल्लां नूं लोक रब वांगू पूजदे है ते फैसला हो ही गया मैनूं लगदा फैसला हो चुका है आओ जी अगला जिहड़ा आपां घोल कराईए अगली कुश्ती कराईए अगले मल जस्सा बेरा ते सतनाम रामेवाल जस्सा बेरा सतनाम रामेवाल कुश्ती शुरू करो जस्सा बेरा एक बार हाथ खड़ा कर भी जस्सा सतनाम वाह भी वाह बहुत सोहनी कुश्ती होगी अगलियां तीन पर्चियां मेरे कोल है जदों ही बेल मिलता क्योंकि तीन रैफरी ते तीन ही कुश्तियां जदों ही कुश्ती खत्म होवे अगर मेरा ध्यान ना भी होवे तां मैनूं दस जरूर दिओ तां कि उह कुश्ती आपां स्टार्ट करवा दईए पहलवान पहलवाना ते रब दी मेहर सिद्धी लोग एवें नहीं इन्हां दे चरणां नूं हथ जिहड़ा हथ लाउंदे एवें नहीं साडियां मावां भैणां जिहड़ियां पहलवानां नूं सजदा करदियां उहदा कारण है रब वांगू पूजे जांदे मल पहलवानां ते रब दी मेहर सिद्धी खुश नसीबियां रंग विखाउंदे ने पहलवान पहाड़ ने हिम्मतां दे घुलना जिंदगी नाल सिखाउंदे ने घुलना जिंदगी नाल सिखाउंदे ने जिंदगी एक बहुत वड्डी कशमकश है आओ जी एक कुश्ती आपां होर छड्डदे मनी लुधियाणा चलो जी मनी लुधियाणा ते सनी हदियाबाद मनी सनी चलो दोवें इको जिहा नां निकनेम दो अक्खरां दे मनी ते सनी पर्ची लाओ अपनी मनी भज गया पर्ची लै जा ता कि रैफरी ने एंट्री नहीं देनी ये कोई मामूली दंगल नहीं एक कंदोला कलां दा दंगल है एक महान दंगल च आप आए हुए हैं सो इस करके मित्रों ख्याल अनुशासन का जरूर रखना जे अनुशासन नहीं तो खेड नहीं क्योंकि खेडां दे विच तीन पक्ष होंदे है खेड खेड लई खेड खुशी लई खेड उत्साह लई तीन चीज़ां होंदियां एक तो खेड खेड वांगू खेडी जांदी एक खेड मन दी खुशी लई खेडी जांदी है तीसरी जड़ी उत्साह पैदा करने लई जिनी देर तक उत्साह है नहीं बंदा खेड नहीं सकता इसलिए चाहवां
दे नाल खेडी जान वाली साडी पंजाब दी मां खेड कुश्ती नाल आपा जुड़े हुए। अगली कुश्ती भेजी है जी लाडी फिरोजपुर सूरज उपल, चलो चौथी कुश्ती भी नाले नाल कर दी आप कम फटाफट क्योंकि पटके आप टाइम ना कढ़ने कोई नहीं, पटके आप टाइम ना कढ़ने। लाडी फिरोजपुर सूरज उपल पहुंचो भी मैदान चा फड़ो परची, लाडी फिरोजपुर आप परची ले जा दौड़ के एक बार फिर तो ला जोर जरा थोड़ा वेट घट जू नाले, शरीर कसया होना चाहिए ऐदा हिलदा नहीं होना चाहिए, पहलवान हो एक शरीर है कसया हो। जो कई बार मल्ला के शरीर वेखीदा और कई बार मैं रूबल न छेड़ता हूँ सी रूबल पहलवान, मैं कभी शरीर तो नहीं देख के कह सकता बहुत बड़ा मल है पर जो कमाला करते हैं मैदान चो तो देखने वाले होंगे। तो जोगेश्वर दत्त तुम देखा होना कि कितने भार है जोगेश्वर दत्त का भार नहीं इन्ना पर फुरती वेखण वाली होंगी है, इंडिया च कोई खंघदा नहीं वो मोहरे। गुरबख्श कंदोला जी इस गल का माण है कि उन्हें पहलवानी जी है सीखी है और शरीर कमाए है तो वेट कायम रखे है, जे वो 70 च घुलते तो 70 ही वेट रहा रातों रात नहीं 72 किलो हो जाता भाई एवं हवा गुण खाई जाओ वेट बधाई जाओ तो अगले बाहर कढ़ के रख देने भी तू नहीं घुल सकता इदा वेट का ख्याल रखना। आओ जी अगली कुश्ती, लो जी अगली कुश्ती है मनीष रुड़का तो अमीर, ये कितने गए बई मनीष रुड़का तो अमीर, अच्छा अगली कुश्ती गुरप्रीत कैमाला तो जिंदरी पासला, आ लो फड़ो परची तो जाओ करो कमाला। हाँ जी मखा जी मैं एक होर बेनती करनी आ कि जिमें सारिया कुश्तियां हो रही हैं साढ़े बंदे छाण छाण के परचियां दे रहे हैं तो कोई भलवान बाद ना कहे जी मेरी कुश्ती नहीं कराई, जो उन्हें सिंझ खत्म हो जाती है फिर एवं मगर मगर फ्री जाना पैसे दो जी साड़ी कुश्ती नहीं हुई, हम कुश्तियां चल रही पे घोलो इस काम वास्ते बंदे परचियां कटते हैं। हाँ जी मखा जी चलो जी अगली कुश्ती जगमिंदर तलेता तो पिंदा रायवाल, चलो जी पिंदा रायवाल तो जगमिंदर तलेता अगर जगह नहीं चार चल दी आ जा जरा आ जा जगमिंदर कोई गल नहीं आ जा दो मिनट रोक जरा सबर ना जिनी देर तक फैसला दिता चार रैफरी लगे हुए है वो एन निर्णा लैके चंकी तरह चंकी कुश्ती वाह भी वाह जोड़ जिमें जिमें भारा होंदा जाता है क्लास चेंज होंगी जाती है वर्ग चेंज हों कैटागरी चेंज होंगी जाती है आप हौली हौली सी तो वी वी तो ए तो स्पैशल जोड़ वाल वेख के पता लग जाता। सो बहुत व्डे मान सम्मान बहुत वही तकड़ी माया दे तो हनु इस नगर के नवाजा जाना, ये नगर जिहड़ा किसी गल की कोई कमी नहीं रखता जेदे ते खुश हो जाता फिर उन्होंने गफे दिंदा है उन्होंने गफे नोटा दे नोटा की कोई कमी नहीं बस कोई वधिया कार्ज करके विखाओ कुश्ती वधिया लड़ो आ जिहड़े आसे पासे खड़े है वह भी बटुआ के मूँह खोलन तैयार ने जिहड़ा वधिया कुश्ती लड़के जाऊगा संगत भी वह माण करती है नोट करो। सो आओ जी वधिया वधिया कुश्तियां का नज़ारा तकन लई तुसी सारे हो बेताब ते मैं बोला अगली कुश्ती जगमिंदर तलेता तैयारी रखियो जदों ही चौं चौं कोई भी फैसला हुंदा ते नाल ही आपां अगली जिहड़ी कुश्ती स्टेज अगे करवा देनी है बैठो स्टेज अगे। वाह जी वाह लगातार हौली हौली संगत जिहड़ी वधदी जा रही है दर्शक वधदे जा रहे साडा अपना इलाका सारे जाने पहचाने चेहरे ते सारे तबक्कों करदे आ हरजिंदर कुमार जी बई जे हरजिंदर खड़ा तो मखण खड़ा बी साडा नाँ जरूर बोल देना तो मैं हथ बन के माफ़ी मंग लेना हूं बी बई ना तो कौन नहीं जानता सारी दुनिया तो ना जानती है और ना बहुत व्डे ने पर असी तो हथ बन के बेनती कर सकते बई अज छिंज वेखी आप स्वाद लीए ध्यान सारा इधर हो मेरा भी जोड़ा दिमाग है वो तो बॉदरेशन ना रहे बई भाई कुलवंत सिंह कहता मेरा नहीं ना बोलिया फलाना सिंह कहता मेरा नहीं नावों के चक्कर ना भैया राणे भाजी एक मैं तारीफ जरूर कराँगा कि जेकर साउंड राणे भाजी की होवे टेंट इन्हों का लगा होवे छिंज की जिहड़ी है वह दुगनी तिगनी जिहड़ी है वह खूबसूरती बन जाती वाह भी वाह उधर हो गया फैसला पर नहीं हले कहिंदे दोए मोढ़े नहीं लगे लगा हाँ सिर ते भाई घूम गया बिल्कुल इत्थे फैसला सही होना एन परख पूरी होनी है परख की कसवटी ते जिहड़ा सही उतरूगा वो ही मित्रों जेतू होवेगा। हाँ जी लो जी अगली पर तीन चल दी हैं चलो चौथी शुरू करो फिर गगनदीप गगनदीप ते अली शाहकोट आ फड़ो परची चलो कुश्ती लड़ो गगनदीप अली चल अली अली करा दे एक बार बल्ले बल्ले हो जाए लो जी तीन कुश्तियां चल दी चौथी भी कराओ जी शुरू आ गया मल चौथी भी शुरू कराओ। हाँ जी
चौथी साढ़े लोकल थाना नूरमहल तो मेरे वीर अमरवीर सिंह और गुरदयाल सिंह वो भी साढ़े दरम्यान पहुंचे हैं। आओ जी जी आनु बैठो स्टेज कुर्सियां इस्तेमाल करो बराबर। हाँ जी बखन जी खोर बेनती है जी जी सुरजीत सिंह कहते ने भी जिथे अपने बंदे पंजाब के दानी पुरश बहुत ने तदे ते पंजाब ते इनी मेहर आ जगमिंदर चलो जगमिंदर सुरजीत सिंह है ना छोटी बीमार है शुरू करो छोटी बच्चियां दी बीमार है जो भी आप टेलीफोन इन्हां दी मदद कर सकते हैं करिए सापन सारे करनी चाहिए जा जी तुम अपना राउंड लाओ घूमो जो भी थोड़ी किस्मत हो जरूर मिल जूगा जी। जड़ी तीजी कुश्ती है बैजो भलवान जी इतने बहुत कट्ठे हो गए बैजो तीन नंबर के पटके की जी कुश्ती अपनी जिसे अंग्रेज पहलवान ने सतनाम माछी बड़ा सतनाम माछी बड़ा उन्होंने साढ़े को अंग्रेज पहलवान जी पहुँच चुके हैं अंग्रेज पहलवान जी तो असी उन्हों का इतने पहुँचने से स्वागत करते हैं। अंग्रेज पहलवान जी होर बहुत बहुत धन्यवाद है कि अक्सर वो साढ़े को पहुँच चुके ज्यों ही सतनाम माछी वाड़ा साढ़े को पहुँचे मैं बेनती करता भी वह भी अगे जे आके बैठ जाए साढ़े को फिर बंदा पता रहा भी आ बंदा साढ़े को आ गया मल बड़े चोटी के आप सदे है अखाड़ा माछी वाड़ा नामी अखाड़ा संजय जलंधर तो रवि रसूलपुर बहो जरा वेट करो उस तो पहला लो जी अगली मनीष रुड़का तो अमीर मनीष रुड़का तो अमीर जसा शाहकोट तो इंद्रजीत जसा शाहकोट इंद्रजीत परची फड़ो अपनी चौथी कुश्ती जदों वारी आवे जसे वाली कुश्ती स्टार्ट कर दो ठीक है जी बड़ी मेहरबानी। अगलियां तीन परचियां भी मेरे कोल है आप सारा तरतीब भर वाह भी वाह उधर फैसला हो चलिया इधर चौथी परची वाला तैयार रहो ठीक है जी बहुत शानदार बहुत वधिया घूम फिर के जी घूम फिर के बह जाओ उधर मल खड़े नहीं होना पिछे तुहाडे देखो घट्टो घट डेढ़ दो सौ कुर्सी लगी है राणे भाजी वाली मैं गल कर रहा सी राणे भाजी बई जेकर राणे भाजी की साउंड लगी हो राणा टेंट हाउस तो राणा साउंड फिर सानू भावें दस दिन लगातार शिंजा च बोलना पवे ना साडा गला थकदा तो ना अकदा तो जे माड़ी साउंड हो दूजे दिन साडियां भी रगां बह जांदियां इस करके साउंड बहुत वधिया बहुत मज़ा आ रहा बोलन का मेरे ख्याल तुहानू सुन भी रहा होना सामने मैं वेख रहा काली ऐनक मैं लभदा भी कित्थे गई काला चश्मा सो भीमा पहलवान जी शाहकोट वाले काले चश्मे वाले साढ़े ये पहलवान बड़े मशहूर ने वो अपने पठिया बच्चों के नाल पहुँच चुके हैं वेलकम जी आयान बहुत सोहनिया चल दिया हुई अखाड़े के कुश्तियाँ तो दर्शक वीर इस वक्त आसे पास खड़े है थोड़ा ठीक है ठंडा ठंडा माहौल है वाह बई वाह देखो तेजी कुश्ती की खेड कबड्डी फुरती दी कम पिड़ना झोटे का वो जीदारी दी कुश्ती ते पक्का साध लगोटे का चल मर जाने माना दर्शन कर दरबारा का चल मर जाने माना दर्शन कर दरबारा का ये तंदुरुस्ती का मेला तो मेला नहीं बीमारा दे तंदुरुस्ती का मेला तो मेला नहीं बीमारा का वे मेलन बन के वेख मेलने मेला यारा का मेलन बन के वेख मेलने मेला यारा का चार कुश्तियां चल दी एक का फैसला हो गया लो जी अगली कुश्ती बलवंत बिलगा जसप्रीत बलवंत बिलगा जसप्रीत आ लो कार्ड ते करो शुरू बलवंत बिलगा माणा पहलवान जी उस्ताद जी उन्होंने बच्चे कौन लगे है मन को खुशी होंगी ते जसप्रीत करो जी शुरू चौथी कुश्ती नालो ना मैं पहला भी बेनती की थी अगर कोई भी नगर तो किसी भी पिंड तो शिंज कमेटी आँदी आ असं उन्होंने बड़ा माण सत्कार करते हैं तो आन के इतने सारे संपर्क कर स्टेज पर बैठने की कृपा अदा कर जी। हाँ जी बहुत बहुत धन्यवाद जी मैं पहला दस्या मेरे लिए हालांकि एक बोतल दुध ही आ गई है पर हले क्योंकि बोलन का माहौल बनया तो फिर बिच दुध नहीं पीता जाता तो क्योंकि यहोजा माहौल के मामा पुत नहीं संभालदी हैं फिर असी दुध वाले पासे क्यों जाइए तो थोड़े मिनटों बाद जरूर पीवेंगे असी धन्यवादी हैं पहलवान डेयरी फार्म वालों का गिंदर लली उन्होंने ब्रदर आए ने भैणी साहब गुरद्वारे तो और जिन्होंने लस्सी कुल्फी तो साढ़े को देसी घ्यो दे बने हुए बर्फी तो बिस्कुट तो नाल मिल्क बदाम भी उन्होंने लिया जिहड़ा मेरे लिए भी पेश किया सो कहन दा भाव सामने जाके जिन्हां नूं जरूरत होवे इन्हां नाल संपर्क पैदा कर सकदे कहिंदे बिस्कुटां नूं घुट के वेखो बर्फी नूं घुट के वेखो जे देसी घ्यो विचों ना निचड़े तां कहिंदा मेरा नाम बटा दी वाकई इन्ना गर्व इन्ना माण है बहुत वधिया तरीके दे नाल उन्होंने सामने स्टॉल लाया जरूर उन्होंने संपर्क करो पर नज़रा इधर ही रखियो क्योंकि सारे दिलकश नज़ारे इत्थे सामने ही है पिंड वेखो जवानियां गह गच हुंदियां जवानियां मेहणो मेहणी हुंदियां जवानियां लड़दियां हुई कुश्ती तो साडी मां खेड कुश्ती पंजाब दी उहदे नाल सारियां जुड़ियां हुई ने बहुत सोहना इस वक्त मुकाबला पिंड चल रहा है
ਵਾਜੀਵਾ ਜੇ ਜਵਾਨ ਚੰਗੇ ਹੋਣਗੇ ਸਤਲੁਜ ਐਗਰੋਟੈਕ ਨਕੋਦਰ ਬਾਈਪਾਸ ਰੋਡ ਨੂਰਮਿਆਂ ਨੇੜੇ ਰੇਸ਼ਮ ਦਾ ਆਰਾ ਜਿਹੜੇ ਕਿ ਸੋਨਾ ਲੀਕਰ ਟਰੈਕਟਰ ਦੇ ਆਥੋਰਾਈਜ਼ ਡੀਲਰ ਨੇ ਅਤੇ ਹੋਰ ਵੀ ਖੇਤੀਬਾੜੀ ਦਾ ਸਮਾਨ ਟਰੈਕਟਰ ਦੀਆਂ ਛਤਰੀਆਂ ਫਾਈਬਰ ਵਾਲੀਆਂ ਦੂਸਰੀਆਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਟਰੈਕਟਰ ਦਾ ਇੰਪਲੀਮੈਂਟ ਲੈਣਾ ਹੋਵੇ ਇਹਨਾਂ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੇ ਜੀ ਸਤਲੁਜ਼ ਐਗਰੋਟੈਕ ਨੇੜੇ ਰੇਸ਼ਮ ਦਾ ਆਰਾ ਨਕੋਦਰ ਰੋਡ ਨੂਰਮਿਆਂ ਜੀ ਹਾਂਜੀ ਵਾਜੀ ਵਾਜ ਜਿੱਤਾਂ ਦਰਜ ਕਰਨ ਲਈ ਬੇਤਾਬ ਨੇ ਸਾਰੇ ਗੱਭਰੂ ਬਹੁਤ ਫੁਰਤੀਲੇ ਬੜੀ ਤਿਆਰੀ ਹੈ ਔਰ ਸਾਰੇ ਚਾਹੁੰਦੇ ਕਿ ਜਦੋਂ ਮੈਂ ਮੈਦਾਨ 'ਚ ਜਾਵਾਂ ਥਾਪੀ ਮਾਰ ਕੇ ਜਾਵਾਂ ਅਤੇ ਬੱਲੇ ਬੱਲੇ ਬਹਿਜਾ ਕਰਾ ਕੇ ਆ ਕੇ ਆਪਣੇ ਗੁਰੂ ਦੇ ਚਰਨਾਂ ਨੂੰ ਹੱਥ ਲਾਵਾਂ ਅਤੇ ਫਿਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਦੱਸਾਂ ਕਿ ਮੈਂ ਅੱਜ ਕੁਸ਼ਤੀ ਜਿੱਤ ਕੇ ਆਇਆਂ ਰਿਕਾਰਡ ਬਣਾਉਣਾ ਜਿੱਤਾਂ ਦਾ ਫਿਰ ਦੁਨੀਆ ਤੁਹਾਡੇ 'ਤੇ ਮਾਣ ਕਰਦੀ ਹੈ ਉਂਝ ਕੋਈ ਬੰਦਾ ਕਹੀ ਜਾਵੇ ਮੈਂ ਪਹਿਲਵਾਨ ਹੈ ਮੈਂ ਭਲਵਾਨ ਹੈ ਮੈਂ ਪਹਿਲਵਾਨ ਹੈ ਕੋਈ ਪੁੱਛੇ ਕਿੰਨੀਆਂ ਛਿੰਝਾਂ ਵਿੱਚ ਕਿੰਨੀ ਵਾਰ ਘੁਲਿਆ ਅਤੇ ਕਿੰਨੀ ਵਾਰ ਜਿੱਤਿਆ ਕਹਿੰਦਾ ਆਪਾਂ ਜਿੱਤਣ ਨਹੀਂ ਚਾਹੀਦਾ ਆਪਾਂ ਘੁਲਣ ਜਾਈਦਾ ਜਿੱਤਣ ਨਹੀਂ ਕਦੇ ਗਏ ਇੱਦਾਂ ਦੀ ਵੀ ਭਲਵਾਨ ਹੈ ਜਿਨ੍ਹਾਂ ਦਾ ਰਿਕਾਰਡ ਰਿਹਾ ਇੱਕ ਭਲਵਾਨ ਨੂੰ ਮੈਂ 100 ਵਾਰੀ ਹਾਰਦਾ ਵੇਖਿਆ ਅਖੀਰੀ ਮੈਂ ਉਹਨੂੰ ਕਿਹਾ ਮੈਂ ਕਿਹਾ ਕਾਕਾ ਕਿਤੇ ਜਿੱਤ ਕੇ ਵੀ ਵਿਖਾ ਉਹ ਕਹਿੰਦਾ ਆਪਾਂ ਜਿੱਤਣ ਜਾਂਦੇ ਹੀ ਨਹੀਂ ਆਪਾਂ ਤਾਂ ਦਿਹਾੜੀ ਪਾਉਣ ਜਾਂਦੇ ਅਤੇ ਉਹ ਦਿਹਾੜੀ ਦਾ ਮਸਲਾ ਨਹੀਂ ਹੋਣਾ ਚਾਹੀਦਾ ਜਿੱਤ ਦਾ ਮਸਲਾ ਚਲੋ ਅਗਲੀ ਕੁਸ਼ਤੀ ਲਓ ਜੀ ਅਗਲਾ ਕਾਰਡ ਜਗਰੂਪ ਸ਼ੰਕਰ ਤੇ ਹਰੀ ਮਲਸੀਆਂ ਜਗਰੂਪ ਸ਼ੰਕਰ ਹਰੀ ਮਲਸੀਆਂ ਕਰੋ ਸ਼ੁਰੂ ਅੱਛਾ ਅੱਛਾ ਇੱਕ ਛੋਟਾ ਜਿਹਾ ਬੱਚਾ ਇਹਨਾਂ ਨੂੰ ਹਰ ਮੇਲੇ ਤੇ ਲੈ ਕੇ ਜਾਂਦੇ ਆ ਇਹ ਜੇ ਹਾਂਜੀ ਜ਼ਬਾਨ ਬੰਦ ਹੈ ਅੱਛਾ 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 ਇਹਨਾਂ ਦੀ ਜ਼ਬਾਨ ਬੰਦ ਹੈ ਇਹਨਾਂ ਦੀ ਮਦਦ ਜ਼ਰੂਰ ਕਰਿਓ ਪਰਮਾਤਮਾ ਇਸ ਬੱਚੇ ਨੂੰ ਜਲਦੀ ਰਾਜ਼ੀ ਕਰੇ ਜਾ ਕੇ ਤੁਸੀਂ ਦਰਸ਼ਕ ਵੀਰਾਂ ਨਾਲ ਸੰਪਰਕ ਕਰੋ ਬੜੀ ਮਿਹਰਬਾਨੀ ਅਗਲੀ ਚੌਥੀ ਅਜੇ ਚਾਰ ਚੱਲ ਰਹੀਆਂ ਮੈਂ ਕਹਿੰਦਾ ਚਾਰ ਚੱਲੀ ਜਾਣ ਦਿਓ ਚਾਰ ਹੋ ਗਈਆਂ ਮੇਰੇ ਕੋਲ ਪਰਚੀਆਂ ਹੁਣ ਅਗਲੀ ਨੈਕਸਟ ਬਹੁਤ ਜ਼ਿਆਦਾ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਕੰਦੋਲਾ ਕਲਾਂ ਦੇ ਵਿੱਚ ਰਿਕਾਰਡ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਜਿੰਨੀਆਂ ਆਪਣੇ ਇਲਾਕੇ ਦੀਆਂ ਬਹੁਤ ਵੱਡੀਆਂ ਜਿਹੜੀਆਂ ਛਿੰਝਾਂ ਜਿੰਨੀਆਂ ਉਹ ਕੁਸ਼ਤੀਆਂ ਕਰਵਾਉਂਦੇ ਉਦੋਂ 10 ਵੀ ਵੱਧ ਹੀ ਕਰਵਾਈਆਂ ਜਾਂਦੀਆਂ ਤਾਂ ਕਿ ਅਸੀਂ ਪਹਿਲਵਾਨੀ ਦੀ ਕਦਰ ਕਰੀਏ ਪਹਿਲਵਾਨੀ ਦਾ ਮਾਣ ਕਰੀਏ ਜਿਹੜਾ ਮੱਲ ਘੁਲਣ ਆਇਆ ਘਰੋਂ ਸੋਚ ਲੈ ਕੇ ਆਇਆ ਕਿ ਮੈਂ ਘੁਲਣ ਚੱਲਿਆ ਉਹ ਬੰਦਾ ਨਿਰਾਸ਼ ਨਹੀਂ ਹੋਣਾ ਚਾਹੀਦਾ ਉਹਨੂੰ ਅਸੀਂ ਨਿਰਾਸ਼ ਨਹੀਂ ਕਰਾਂਗੇ ਵਾਹ ਵੀ ਵਾਹ ਹੋ ਗਿਆ ਫੈਸਲਾ ਅਤੇ ਨਾਲ ਹੀ ਅਗਲੀ ਜਿਹੜੀ ਪਰਚੀ ਹੈ ਮੰਨਾ ਮਹਿਤਪੁਰ ਅਤੇ ਪਵਨ ਢੇਸੀਆਂ ਤਿਆਰ ਹੈ ਸੂਰਜ ਹਦੀਆਬਾਦ ਅਤੇ ਕਾਂਸ਼ੀ ਮਲੇਰਕੋਟਲਾ ਸੂਰਜ ਹਦੀਆਬਾਦ ਅਤੇ ਕਾਂਸ਼ੀ ਮਲੇਰਕੋਟਲਾ ਚਲੋ ਜੀ ਸ਼ੁਰੂ ਕਰੋ ਆ ਜਾ ਰਹੇ ਨੇ ਜੀ ਦੋ ਸੂਰਜ ਪਵਨ ਵਾਲੀ ਪਵਨ ਨਹੀਂ ਹਜੇ ਰੋਕੋ ਆਹ ਹੋ ਗਿਆ ਫੈਸਲਾ ਇੱਧਰ ਆਓ ਜੀ ਪਵਨ ਕਾਨਾ ਢੇਸੀਆਂ ਅਤੇ ਮੰਨਾ ਮਹਿਤਪੁਰ ਕਾਨਾ ਢੇਸੀਆਂ ਦੇ ਨਾਂ ਜਦੋਂ ਆ ਜਾਂਦਾ ਅਤੇ ਬਿੱਲੇ ਦਾ ਚੇਤਾ ਆ ਜਾਂਦਾ ਬਿੱਲਾ ਕਾਨਾ ਢੇਸੀਆਂ ਬੜੇ ਚੋਟੀ ਦੇ ਮੱਲ ਅੱਜ ਉਹਨਾਂ ਦੇ ਪੱਠੇ ਆਏ ਆ ਇੱਥੇ ਘੁਲਣ ਵਾਸਤੇ ਬਹੁਤ ਸੋਹਣਾ ਅਖਾੜਾ ਚਲਾ ਰਹੇ ਨੇ ਬਹੁਤ ਮਦਦ ਬਹੁਤ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਲਓ ਜੀ ਇੱਕ ਤੋਂ ਬਾਅਦ ਇੱਕ ਧਮਾਕੇਦਾਰ ਕੁਸ਼ਤੀ ਫਰਾਟੇਦਾਰ ਕੁਸ਼ਤੀ ਅਤੇ ਕਾਂਟੇਦਾਰ ਕੁਸ਼ਤੀ ਉੱਪਲ ਬੂਬਾ ਸਿੰਘ ਕਮੇਟੀ ਤੋਂ ਸੁਰਜੀਤ ਸਿੰਘ ਜੀ ਲੰਬੜਦਾਰ ਸਰਬਜੀਤ ਸਿੰਘ ਸਰਪੰਚ ਸਾਹਿਬ ਆਏ ਨੇ ਸਾਡੇ ਕੋਲ ਜੋਸ਼ੀ ਸਾਹਿਬ ਸਰਬਜੀਤ ਸਿੰਘ ਜੀ ਸਰਪੰਚ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਨੰਬਰਦਾਰ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਆਪਣੇ ਨਗਰ ਵਿੱਚ ਸ਼੍ਰੀ ਪ੍ਰੇਮ ਲਾਲ ਜੀ ਜੋਸ਼ੀ ਸਾਹਿਬ ਸਾਰੇ ਪਰਸ਼ੋਤਮ ਜੀ ਸਾਰੇ ਆ ਗਏ ਨੇ ਇੱਦਾਂ ਹੈ ਜਦੋਂ ਕੋਈ ਸਿੰਝ ਕਮੇਟੀ ਬੁਲਾਉਂਦੀ ਹੈ ਫਿਰ ਉਹਨਾਂ ਦੇ ਨਾਂ ਵੀ ਜਿਹੜੇ ਆ ਉਹ ਸਾਰੇ ਚੜ੍ਹ ਜਾਂਦੇ ਅੰਕਲ ਜੀ ਬਸ ਇਹੀ ਫਰਕ ਹੁੰਦਾ ਵੀ ਲੋਕ ਕਹਿੰਦੇ ਯਾਰ ਸਾਡੇ ਨਾਂ ਨਹੀਂ ਬੋਲਦੇ ਮੈਂ ਕਿਹਾ ਬੁਲਾਉਂਗੇ ਤਾਂ ਪਤਾ ਲੱਗੂਗਾ ਤੁਸੀਂ ਕੌਣ ਹੋ ਅਤੇ ਇੱਦਾਂ ਪਤਾ ਲੱਗ ਆਓ ਜੀ ਅਗਲੀ ਕੁਸ਼ਤੀ ਚੌਥੀ ਕੁਸ਼ਤੀ ਸਟਾਰਟ ਕਰਨ ਲਈ ਜੋਗਾ ਮਲਸੀਆਂ ਅਤੇ ਮਨਜੀਤ ਰਾਮੇਵਾਲ ਫੜੋ ਆਪਣੀ ਪਰਚੀ ਜੋਗਾ ਮਲਸੀਆਂ ਹੱਥ ਖੜਾ ਕਰੋ ਮਨਜੀਤ ਹੱਥ ਖੜਾ ਕਰੋ ਚਲੋ ਜੀ ਇਹਨਾਂ ਦੇ ਵਿਚਕਾਰ ਅਗਲੀ ਚਾਰ ਕੁਸ਼ਤੀਆਂ ਕੰਟੀਨਿਊ ਰੱਖਣੀਆਂ ਥੋੜ੍ਹੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰ ਦੇਣਾ ਆਪਾਂ ਥੋੜ੍ਹੇ ਟਾਈਮ 'ਚ ਬਹੁਤ ਜ਼ਿਆਦਾ ਕੁਸ਼ਤੀਆਂ ਕਰਵਾ ਦੇਣੀਆਂ ਬਈ ਜ਼ੋਰਦਾਰ ਤਾੜੀਆਂ ਵਜਾ ਦਿਓ ਪਤਾ ਨਹੀਂ ਲੱਗਾ ਅਚਾਨਕ ਹੀ ਮੈਂ ਤਾਂ ਧਿਆਨ ਹੀ ਨਹੀਂ ਗਿਆ ਮੇਰੇ ਕੋਲ ਇਸ ਵਕਤ ਜੱਸਾ ਪੱਟੀ ਵਾਲਾ ਪੰਜਾਬ ਦੇ ਧਨੰਤਰ ਪਹਿਲਵਾਨ ਜ਼ੋਰਦਾਰ ਤਾੜੀਆਂ ਵਜਾਓ ਜੀ ਜੱਸਾ ਪੱਟੀ ਵਾਲਾ ਜੀ ਸਾਡੇ ਕੋਲ ਪਹੁੰਚ ਚੁੱਕਿਆ ਅੱਜ ਪੱਟ ਕੇ ਅਤੇ ਕੁਸ਼ਤੀ ਲੜਨੀ ਹੈ ਜੱਸਾ ਹਿੰਦੁਸਤਾਨ ਦੇ ਮਹਾਂਬਲੀ ਰੁਸਤਮ ਪਹਿਲਵਾਨ
ਜਿਹਨਾਂ ਨੇ ਥੋੜ੍ਹੇ ਕੁ ਸਾਲਾਂ ਦੇ ਵਿੱਚ ਐਡਾ ਵੱਡਾ ਆਪਣੇ ਪਿਤਾ ਦੇ ਮਾਰਗ ਦਰਸ਼ਨ ਹੇਠ ਬਹੁਤ ਵੱਡਾ ਨਾਂ ਕਮਾਇਆ। ਕਦੇ ਸ਼ਿੰਦਾ ਪੱਟੀ ਬੱਲੇ ਬੱਲੇ ਕਰਾਉਂਦਾ ਸੀ, ਅੱਜ ਉਹਨਾਂ ਦਾ ਲਾਡਲਾ ਸਪੂਤ, ਲਾਡਲਾ ਉਹਨਾਂ ਦਾ ਬੇਟਾ ਜੱਸਾ ਪੱਟੀ ਮੱਲਾ ਮਾਰ ਰਿਹਾ। ਅਖਾੜੇ ਦੇ ਵਿੱਚ ਸਾਡੇ ਕੋਲ ਪਹੁੰਚ ਚੁੱਕੇ, ਵੈਲਕਮ ਜੀ।